ਜਿਹੜੇ ਬੈਠੇ ਨੇ ਸਾਰਿਆਂ ਨੂੰ ਬੁਲੰਦ ਆਵਾਜ਼ ਨਾਲ ਅਮੀਨ ਆਖਣ ਦੀ ਤੌਫੀਕ ਅਤਾ ਫਰਮਾ। ਦੁਆ ਹੈ ਕਿ ਨਾਲ ਦੇ ਖਾਲਿਕ ਬਾਨੀਆਂ ਨੇ, ਮਜਲਿਸ ਬਾਨੀਆਂ ਨੇ ਸਫੇ ਆਜ਼ਾਦ ਰਿਜ਼ਕ ਮਾਲ ਵਿੱਚ ਵੁਸਤ ਅਤਾ ਫਰਮਾ। ਇਸ ਖਾਨਦਾਨ ਦੇ ਜਿਤਨੇ ਮਰਹੂਮੀਨ ਦਾਰੇ ਫਾਨੀ ਤੋਂ ਟੁਰ ਗਏ, ਮਾਲਿਕ ਦਰਜਾਤ ਬੁਲੰਦ ਫਰਮਾ। ਮੇਰਾ ਅੱਲਾਹ, ਜੋ ਮੋਮਿਨ ਬਿਮਾਰ ਹਨ, ਸਦਕਾ ਉਸ ਇਮਾਮ ਦਾ ਜਿਹੜਾ ਸਾਰੀ ਜ਼ਿੰਦਗੀ ਪਾਣੀ ਨਹੀਂ ਖੂਨ ਰੋਂਦਾ। ਮਾਲਿਕ ਸਿਹਤ ਕਾਮਿਲਾਓ ਆਜਿਲਾ ਅਤਾ ਫਰਮਾ। ਆਖਰੀ ਦੁਆ ਹੈ, ਹਰ ਸ਼ੀਆ, ਹਰ ਸੁਨੀ, ਹਰ ਆਜ਼ਾਦਾਰ, ਹਰ ਮਾਤਮੀ ਅਤੇ ਵਾਜਿਬੇ, ਜਿਤਨੇ ਦਸਤੇ ਦੁਆ ਬੁਲੰਦ ਹੋ ਸਕਿਨ, ਜਿਤਨੀ ਬੁਲੰਦ ਅਮੀਨ ਆਖ ਸਗੋ, ਮਾਲਿਕ ਮੁਸ਼ਕਿਲ ਵਕਤੇ ਨਾਜ਼ਿਕ ਦੌਰੇ ਹਾਦੀਏ ਬਰਹਕ, ਹੁਜਤ ਦੌਰਾਂ ਇਮਾਮੁਲ ਅਸਰ ਇਮਾਮੇ ਜ਼ਮਨ ਦਜਲ ਜ਼ਹੂਰ ਫਰਮਾ। ਰੱਬੇ ਸਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ, ਸਲਵਾਤ ਬਰ ਮੁਹੰਮਦ ਓ ਅਲੇ। ਥੋੜ੍ਹੇ ਨਹੀਂ ਬੈਠੇ, ਡੇਰ ਸਾਰੇ ਬੈਠੇ ਹੋ, ਸਲਵਾਤ ਦਾ ਪੜ੍ਹਨਾ ਜ਼ਰੀਏ ਨਿਜਾਤ ਹੈ। ਸਾਰੇ ਬੰਦੇ ਮਿਲ ਕੇ ਬਾਬਾ ਜ਼ੈ ਬੁਲੰਦ ਸਲਵਾਤ ਪੜ੍ਹੋ। ਅਲਾਹੁਮਾ ਸਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ। ਬਾਨੀਆਂ ਨੇ ਮਜਲਿਸ ਦੇ ਮਰਹੂਮੀਨ ਦੇ ਦਰਜਾਤ ਦੀ ਬੁਲੰਦੀ ਵਾਸਤੇ ਵੀ ਕੋਸ਼ਿਸ਼ ਕਰੋ, ਚਾਹੇ ਇੱਕ ਸਲਵਾਤ ਦੀ ਤਿਲਾਵਤ ਸਾਰੇ ਅਹਬਾਬ ਫਰਮਾ। ਅਲਾਹੁਮਾ ਸਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ। ਇਜਾਜ਼ਤ ਦਿਓ ਅਤੇ ਬਾਦਸ਼ਾਹਾਂ ਦਾ ਇੱਕ ਫਰਮਾਨ ਪੜ੍ਹੀਏ ਚਾਹ। ਮਾਸੂਮ ਫਰਮਾਉਂਦੇ, ਜਿਹੜਾ ਬੰਦਾ ਸਾਡੀ ਇੱਜ਼ਤ ਅਜ਼ਮਤ ਸ਼ਾਨ ਤੌਕੀਰ 'ਤੇ ਇੱਕ ਦਫ਼ਾ ਸਲਵਾਤ ਪੜ੍ਹੇ, ਫਿਰ 400 ਸਾਲ ਤੱਕ ਨਾ ਪੜ੍ਹੇ। ਹਾਜ਼ਰ ਬੈਠੇ ਹੋ ਨਾ, ਮੌਲਾ ਪਿਆ ਦੇਣ, ਜਿਹੜਾ ਬੰਦਾ ਸਾਡੀ ਇੱਜ਼ਤ 'ਤੇ ਇੱਕ ਦਫ਼ਾ ਸਲਵਾਤ ਪੜ੍ਹੇ, ਫਿਰ ਉਸ ਬੰਦੇ ਦੀ ਇਤਨੀ ਲੰਬੀ ਜ਼ਿੰਦਗੀ ਹੋਵੇ, ਉਹ ਬੰਦਾ 400 ਸਾਲ ਤੱਕ ਜੀਵੇ, 400 ਸਾਲ ਤੱਕ ਜ਼ਿੰਦਾ ਰਹੇ, 400 ਸਾਲ ਤੱਕ ਸਲਵਾਤ ਨਾ ਪੜ੍ਹ ਸਕੇ, 400 ਸਾਲ ਤੋਂ ਬਾਅਦ ਇੱਕ ਦਫ਼ਾ ਫਿਰ ਚਪੜੇ, ਫਰਿਸ਼ਤੇ ਮੁਸਕਰਾ ਕੇ ਆ ਦਿਨ, ਹਾਲੇ ਤਾਈਂ ਤਾਂ ਤੇਰੇ ਪਹਿਲੇ ਦਰੂਦ ਦਾ ਸਵਾਬ ਦਰਜ ਨਹੀਂ ਹੋ ਸਕਿਆ। ਇੱਕ ਕੋਸ਼ਿਸ਼ ਕਰੋ ਸਾਰੇ ਸਲਵਾਤ ਬੁਲੰਦ ਹੈ। ਅਲਾਹੁਮਾ ਇੱਕ ਕੋਸ਼ਿਸ਼ ਕਰੋ ਯਾਰ, ਮਤਾ ਇਸ ਤੋਂ ਵੀ ਉੱਚੀ ਪੜ੍ਹ ਲੈਂਦੇ ਹੋ, ਇੱਕ ਕੋਸ਼ਿਸ਼। ਅਲਾਹੁਮਾ ਨਾਰੇ ਤਕਬੀਰ, ਅੱਲਾਹੁ ਅਕਬਰ, ਨਾਰੇ ਰਿਸਾਲਤ, ਯਾ ਰਸੂਲ ਅੱਲਾ, ਨਾਰੇ ਹੈਦਰੀ, ਯਾ ਅਲੀ ਅਲੈਹਿਸ ਸਲਾਮ, 16,000 ਕੁਰਾਨ ਦੇ ਖਤਮ ਦਾ ਸਵਾਬ ਮਿਲਦਾ ਉਸ ਬੰਦੇ ਨੂੰ, ਜਿਹੜਾ ਬੰਦਾ ਇੱਕ ਦਫ਼ਾ ਨਾਮੇ ਅਲੀ ਚਹਿੰਦੇ। ਇੱਕ ਬੰਦੇ ਮਾਸ਼ਾਅੱਲਾ ਕੀਤੀ, ਇੱਕ ਬਾਈ ਬਿਸਮਿਲ੍ਲਾ ਆਖੇ ਅਤੇ ਬਾਕੀਆਂ ਸਿਰ ਹਲਾ ਛੱਡਿਆ ਨੇ, ਮੈਂ ਕੋਈ ਨਾਵਲ ਨਹੀਂ ਖੜਾ ਪੜ੍ਹਦਾ, ਨਾ ਹੀ ਕੋਈ ਅਫਸਾਨਾ ਪਿਆ ਪੜ੍ਹਦਾ, ਜੇ ਕੋਈ ARY 'ਤੇ ਜਾਂ ਬਾਈ ਜੀਓ ਚੈਨਲ 'ਤੇ ਕੋਈ ਪੱਟੀ ਚੱਲ ਰਹੀ ਹੈ ਅਤੇ ਉੱਥੋਂ ਪੜ੍ਹ ਕੇ ਤੁਹਾਨੂੰ ਸੁਣ ਮੈਂਦਾ ਖੜਾ ਨਹੀਂ। ਸਾਡੇ ਮਜ਼ਹਬ ਦੀ ਇੱਕ ਬਹੁਤ ਬੜੀ ਕਿਤਾਬ ਹੈ, ਬਿਹਾਰ ਉਲ ਅਨਵਾਰ, ਨਾ ਸੁਣਿਆ ਕਿਤਾਬ ਦਾ, 120 ਜਿਲਦ ਹੈ ਇਸ ਕਿਤਾਬ ਦੀ। ਬਹੁਤ ਬੜੇ ਲਿਖਾਰੀ ਨੇ, ਰਾਈਟਰ ਨੇ, ਮੁਹੰਮਦ ਬਾਕਿਰ
ਮਜਲਿਸ ਸੀ। ਉਹਨਾਂ ਇੱਕ ਰਵਾਇਤ ਨਕਲ ਕੀਤੀ ਹੈ ਛੇਵੇਂ ਇਮਾਮ ਤੋਂ, ਮੌਲਾ ਫਰਮਾਇਆ ਜਿਹੜਾ ਬੰਦਾ ਬਾਵੂਜ਼ ਹੋ ਕੇ ਇਖਲਾਸ ਪਿਆਰ ਉਲਫਤ ਮੁਹੱਬਤ ਨਾਲ ਮੇਰੇ ਦਾਦੇ ਅਲੀ ਦਾ ਨਾਂ ਇੱਕ ਦਫ਼ਾ ਚਾਵੇ, ਕਿਤਨੀ ਦਫ਼ਾ ਚਾਵੇ? ਇਮਾਮ ਪਿਆਦਿਨ ਜਿਹੜਾ ਬੰਦਾ ਇੱਕ ਦਫ਼ਾ ਆਖੇ ਨਾ ਯਾ ਅਲੀ, ਸਰਕਾਰ ਫਰਮਾਇਆ ਯਾ ਅਲੀ ਦੀ ਇਹ ਪਿੱਛੇ ਖਤਮ ਹੋ ਸੀ। ਅੱਲਾ ਉਸ ਬੰਦੇ ਦੇ ਨਾਮੇ ਅਮਾਲ 'ਚ 16,000 ਕੁਰਾਨ ਦੇ ਖਤਮ ਦਾ ਸਵਾਬ ਦਰਜ ਕਰਸੀ। ਮੁੱਲਾਂ ਦੇ ਪੜ੍ਹੇ ਹੋਏ ਨਹੀਂ, ਜਾਂ ਛੇਵੇਂ ਇਮਾਮ ਪੜ੍ਹੇ ਹੋ ਸਨ, ਜਾਂ ਮੇਰੇ ਦਾਦੇ ਅਲੀ ਪੜ੍ਹੇ ਹੋ ਸਨ। ਆਦੋ ਜਾ ਕਰੋ ਹੈਦਰੀ, ਤਵੱਜੋ ਹੈ ਜਾਂ ਕੋਈ ਨਹੀਂ? ਅਤੇ ਜਿਹੜਾ ਬੰਦਾ ਹੁਣ ਯਾ ਅਲੀ ਨਾ ਆਖੇ, ਬਸ ਉਹ ਜਾਣੇ ਤੇ ਉਹ ਜਾਣੇ, ਨਾਰਾਜ਼ ਤਾਂ ਨਹੀਂ ਹੋ ਗਿਆ? ਉਹ ਯਾਰ ਜ਼ਰੂਰੀ ਨਹੀਂ ਮਜਮਾ ਢੇਰ ਹੋਵੇ ਤਾਂ ਮਜਲਿਸ ਹੁੰਦੀ ਹੈ। ਬਈ 500 ਬੰਦਾ ਜਾਂ 1,000 ਬੰਦਾ ਬੈਠਾ ਹੋਵੇ ਤਾਂ ਮਜਲਿਸ ਹੁੰਦੀ ਹੈ, ਇਹ ਮਿਆਰੇ ਮਜਲਿਸ ਨਹੀਂ। ਤੁਸੀਂ ਮੇਰੀ ਗੱਲ ਹੈਰਾਨ ਹੋ ਕੇ ਸੁਣ ਛੱਡੀ, ਮੈਂ ਆਖਿਆ ਮਜਮਾ ਮਿਆਰੇ ਮਜਲਿਸ ਨਹੀਂ, ਥੋੜ੍ਹੇ ਹੋਵੇ ਸੁਥਰੇ ਹੋਵੇ, ਬੋਲੋ ਤੇ ਸਹੀ। ਮੈਂ ਆਖਿਆ ਥੋੜ੍ਹੇ ਹੋਵੇ ਸੁਥਰੇ, ਖਲੂਸ ਵਾਲੇ, ਪਿਆਰ ਵਾਲੇ, ਉਲਫਤ ਵਾਲੇ, ਮੁਹੱਬਤ ਨਾਲ ਲਿਖਿਆ ਨਾ। ਕਿੰਨਾ ਕਿੰਨਾ ਬੰਦੇ ਨੂੰ ਢਾ ਕੇ ਸਮਝਾਉਣਾ ਪਾਉਂਦੇ, ਮੈਂ ਹੀ ਸਮਝਾਵਾਂ ਤੋਰਾ ਜਲਦੀ ਸਮਝ ਆ ਜਾ ਸੀ। ਥੋੜ੍ਹੇ ਹੋਵੇ ਮਗਰ ਬਾਦਸ਼ਾਹ ਅਲੀ ਨੂੰ ਮੰਨਣ ਵਾਲੇ ਹੋਵੇ, ਸੋਚਣ ਵਾਲੇ ਨਾ ਹੋਵੇ। ਇੱਕ ਜ਼ਬਾਨ ਤਾਂ ਹਲਾਓ, ਜ਼ਬਾਨ ਤਾਂ ਹਲਾਓ, ਹੈ ਗਈ। ਥੋੜ੍ਹੇ ਹੋਵੇ ਸ਼ਾਹ ਜੀ ਮੰਨਣ ਵਾਲੇ ਹੋਵੇ, ਸੋਚਣ ਵਾਲੇ। ਇਹ ਮੇਰਾ ਦਾਅਵਾ ਹੈ, ਇਹ ਮੈਂ ਦਾਅਵਾ ਕੀਤਾ ਬਈ ਥੋੜ੍ਹੇ ਹੋਵੇ। ਜੇ ਦਾਅਵਾ ਉਹ ਚੰਗਾ ਲੱਗਦਾ ਜਿਸ ਦੀ ਦਲੀਲ ਚੰਗੀ ਹੋਵੇ। ਇਹ ਜਿਹੜੇ ਤਕੜੇ ਵਕੀਲ ਨਹੀਂ ਹੁੰਦੇ, ਵੱਡੇ ਵਕੀਲ ਕਚਹਿਰੀਆਂ ਜਿਹੜੇ ਬੰਦੇ ਵਹਿੰਦੇ ਹੋ, ਉਹ ਤਸਦੀਕ ਕਰੇ। ਜਿਹੜੇ ਵੱਡੇ ਵਕੀਲ ਹੁੰਦੇ ਨੇ ਉਹ ਪੈਸੇ ਇਸੇ ਗੱਲ ਦੇ ਚੋਖੇ ਲੈਂਦੇ ਨੇ ਬਈ ਉਹਨਾਂ ਦੇ ਕੋਲ ਦਲੀਲਾਂ ਚੰਗੀ ਹੁੰਦੀਆਂ। ਬੋਲ ਤਾਂ ਸਹੀ, ਮੈਂ ਦਾਅਵਾ ਕੀਤਾ ਬੰਦੇ ਥੋੜ੍ਹੇ ਹੋਵੇ, ਇਹ ਮੇਰਾ ਦਾਅਵਾ ਹੈ। ਐਸੀ ਅਥੈਂਟਿਕ ਦਲੀਲ ਦੇਵਾਂ ਕੋਈ ਬੰਦਾ ਕੋਈ ਮਸਲਕ ਮੇਰੀ ਦਲੀਲ ਨੂੰ ਰੱਦ ਵੀ ਨਾ ਕਰ ਸਕੇ। ਸਾਈਂ ਮੈਂ ਕਿਹਾ ਐਸੀ ਅਥੈਂਟਿਕ, ਜ਼ਾਕਿਰ ਸਾਹਿਬ ਆ ਗਏ ਹੋ, ਐਸੀ ਅਥੈਂਟਿਕ ਦਲੀਲ ਦੇਵਾਂ ਕੋਈ ਭਾਈਆ ਮੇਰੇ ਪਾਸ ਵੇਖ, ਹੈਲੋ ਮੇਰੇ ਪਾਸ ਵੇਖ। ਮੈਂ ਕਿਹਾ ਕੋਈ ਐਸੀ ਅਥੈਂਟਿਕ ਦਲੀਲ ਦੇਵਾਂ ਕੋਈ ਬੰਦਾ ਕੋਈ ਮਜ਼ਹਬ ਕੋਈ ਫਿਰਕਾ ਮੇਰੀ ਦਲੀਲ ਰੱਦ ਵੀ ਨਾ ਕਰ ਸਕੇ। ਕਰਬਲਾ ਦੇ ਮੈਦਾਨ 'ਚ ਹਜ਼ਰਤ ਇਮਾਮ ਹੁਸੈਨ ਨਾਲ ਚੋਖੇ ਬੰਦੇ ਹਨ, ਚਲੋ ਸਿਰ ਹਲਾਓ, ਉਹ ਬੋਲੋ ਬਾਈ ਕਿਤਨੇ ਬੰਦੇ ਹਨ? 3 ਰਵਾਇਤਾਂ ਮੈਂ ਪੜ੍ਹੀ ਖੜਾ ਕਿਤਾਬ ਵਿੱਚ, ਇੱਕ ਰਵਾਇਤ 70 ਬੰਦਾ ਹੀ, ਇੱਕ 72 ਬੰਦਾ ਹੀ, ਹੁਸੈਨ ਬਖਜਾੜਾ ਦਿਨ 127 ਬੰਦਾ ਹਾਈ। 3 ਫਿਗਰ ਹਨ, 70 72, ਬੋਲੋ 127। ਅਤੇ ਹੁਣ ਸਿਰ ਹਲਾ ਕੇ ਨਹੀਂ ਜ਼ਬਾਨ ਹਲਾ ਕੇ ਮੈਨੂੰ ਦੱਸਿਆ, ਅਤੇ ਬਹਿ ਪਾਸੇ ਕਿਤਨੇ ਹਨ? ਉੱਚਾ ਬੋਲ ਕੁਝ ਨਹੀਂ ਆਉਂਦਾ। ਉਹ 9 ਲੱਖ ਤੱਕ, 90,000 ਤੋਂ ਲੈ ਕੇ 9 ਲੱਖ ਤੱਕ ਤਾਦਾਦ ਚਾਚਾ ਕੁਦਾ ਵਿੱਚ ਮਿਲਦੀ ਹੈ। ਅਜੇ ਹੀ ਬੰਦੇ ਨੂੰ ਸਮਝ ਨਹੀਂ ਆਈ, ਇੱਕ ਪਾਸੇ 9 ਲੱਖ ਹੈ, ਇੱਕ ਪਾਸੇ 72 ਹੈ। ਫਿਰ ਹੁਸੈਨ ਦੱਸਿਆ ਨਹੀਂ ਬਈ ਤਾਦਾਦ ਦਾ ਹੋਣਾ ਜ਼ਰੂਰੀ ਨਹੀਂ, ਮੁਖਲਿਸ ਹੋਣਾ ਜ਼ਰੂਰੀ। ਬੋਲ ਤਾਂ ਸਹੀ, ਹੈਦਰੀ ਹੈਦਰੀ।
ਇਤਨਾ ਤਾਂ ਬੋਲੋ ਮੈਨੂੰ ਪਤਾ ਲੱਗੇ ਭਾਈ ਤੁਸੀਂ ਮਜਲਿਸ ਸੁਣਨ ਦੇ ਮੂਡ ਵਿੱਚ ਹੋ। ਮੈਂ ਬਿਲਕੁਲ ਥੋੜ੍ਹਾ ਪੜ੍ਹਨਾ, ਚਾਰ ਹੋ ਗਏ ਅਤੇ ਮੈਂ ਹੋ ਸਕਦਾ ਜੇ ਜਲਦੀ ਜਲਦੀ ਹੱਥ ਲਾ ਕੇ ਅਤੇ ਨਿਕਲ ਜਾਵਾਂ। ਬਾਈ ਕਲੀਮਾ ਬਾਸੀ ਆ ਗਏ ਅਤੇ ਫਿਰ ਸਾਦਿਕ ਸ਼ਾਹ ਵੀ ਆ ਗਏ ਅਤੇ ਜਾਵਣ ਵਾਲੇ ਆ ਗਏ ਨਾ, ਬਹੁਤ ਗੱਲ ਤਾਂ ਮੁੱਕ ਗਈ, ਮਜਲਿਸ ਤਾਂ ਤਮਾਮ ਹੋ ਗਈ। ਹਾਜ਼ਰ ਹੋ ਤਾਂ ਇੱਕ ਬਾਤ ਮੈਂ ਕਰ ਲਵਾਂ, ਯਾਦ ਰੱਖੋ ਜ਼ਿਕਰ ਹੁਸੈਨ ਮਜਲਿਸ ਹੁਸੈਨ ਤਜ਼ਕਰਾ ਅਹਿਲ ਬੈਤ। ਜੇ ਇੱਥੇ ਬੋਲੋ ਤਾਂ ਮੈਂ ਜੁਮਲਾ ਸੋਹਣਾ ਕਰਕੇ ਕਿਉਂ ਨਾ ਆਖਾਂ, ਜ਼ਿਕਰ ਖਾਸਾਨ ਖੁਦਾ। ਉਹ ਬਾਈ ਇਹਨਾਂ ਤੋਂ ਵੱਡਾ ਕੋਈ ਖਾਸ ਹੈ ਕਹਿਨਾਤ ਵਿੱਚ? ਹੈ ਚਾਚਾ, ਜ਼ਿਕਰ ਖਾਸਾਨ ਖੁਦਾ, ਤਜ਼ਕਰ ਆਲੇ ਅਤਾਰ, ਜ਼ਿਕਰ ਸ਼ਬੀਰ ਜਿਸ ਜੱਗਾ 'ਤੇ ਵੀ ਹੋਵੇ। ਮਜਲਿਸ ਹੱਥੀ ਪਵਣ ਦਾ ਨਾਂ ਨਹੀਂ, ਮਜਲਿਸ ਸਮਝਾਵਣ ਦਾ ਨਾਂ ਹੈ। ਬੰਦਾ ਖਾਲੀ ਝੋਲੀ ਘਰੋਂ ਆਵੇ ਅਤੇ ਖਾਲੀ ਲੱਗਾ ਜਾਵੇ, ਕੁਆਵਣ ਦਾ ਫਾਇਦਾ? ਅੱਛਾ, ਹੁਣ ਤਾਂ ਰਵਿਸ਼ ਚੇਂਜ ਹੋ ਗਈ ਹੈ ਨਾ, ਜ਼ਮਾਨਾ ਤਬਦੀਲ ਹੋ ਗਿਆ। ਸੁਬਹਾ 9 ਵਜੇ ਮਜਲਿਸ ਸ਼ੁਰੂ ਹੋਈ, ਰਾਤੀ 9 ਵਜੇ ਖਤਮ ਹੋਈ, ਅਤੇ ਸੁਬਹਾ ਬੈਠਾ ਅਤੇ ਸ਼ਾਮ ਤੱਕ ਬੈਠਾ ਰਿਹਾ, ਅਤੇ ਬਸ ਸ਼ਾਮੀ ਘਰ ਗਿਆ। ਸਵੇਰੇ ਸਵੇਰੇ ਬੰਦਾ ਮਿਲ ਗਿਆ, ਭਾਈਜਾਨ, ਚਾਚਾ ਜੀ, ਬਜ਼ੁਰਗੋ, ਕੱਲ੍ਹ ਨਜ਼ਰ ਨਹੀਂ ਆਏ, ਕਿਤੇ ਆਏ ਜੀ? ਮਜਲਿਸ 'ਤੇ ਹਾਂ, ਕਿੱਥਾਂ ਜੀ? ਮਿੱਢ। ਅੱਛਾ ਜੀ, ਕਹਿ ਕਹਿ ਪੜ੍ਹੇ ਜੀ? ਸ਼ਫਕਤ ਸ਼ਾਹੋਰਾ ਪੜ੍ਹੇ, ਕਲੀਮ ਜੁਲਾਣਾ ਸਾਹਿਬ ਪੜ੍ਹੇ, ਪੀਰ ਸਾਦਿਕ ਸ਼ਾਹ ਪੜ੍ਹੇ, ਫੁਲਾਂ ਪੜ੍ਹੇ, ਫੁਲਾਂ ਪੜ੍ਹੇ, ਫੁਲਾਂ ਪੜ੍ਹੇ। ਪੁੱਛਣ ਵਾਲੇ ਪੁੱਛਿਆ, ਚੰਗਾ ਕਹਿ ਪੜ੍ਹੇ? ਹੁਣ ਸਿਰ ਹਿਲਾ ਛੱਡੋ, ਮੈਂ ਕੁਫਰਾਂਸ ਤਾਂ ਨਾ ਖੜਾ ਪੜਦਾ, ਰਿਵਾਜ ਹੈ ਨਾ, ਉਹ ਨਹੀਂ ਹੋ ਰਿਹਾ ਨਾ। ਅੱਛਾ, ਉਸ ਚੱਬਲ ਨੂੰ ਇਹ ਵੀ ਨਹੀਂ ਪਤਾ ਵੀ ਜ਼ਿਕਰ ਜੋ ਚੰਗਾ ਹੈ, ਪੁੱਛਣ ਦਾ ਮਕਸਦ। ਅੱਛਾ ਚੰਗਾ ਜੀ, ਜੀ ਝੁਲਾਣਾ ਸਾਹਿਬ ਜੀ, ਕਿਆ ਬਾਤ ਹੈ, ਅਖੀਰ ਕਰ ਛੱਡੀ ਹੈ, ਪੜ੍ਹਿਆ ਕਿ ਨੇ ਜੀ? ਚੰਗਾ ਪੜ੍ਹਿਆ ਨੇ, ਪਤਾ ਹੀ ਕੋਈ ਨਹੀਂ ਬਸ ਪੜ੍ਹਿਆ ਕੀ ਹੈ। ਚੰਗੇ 'ਤੇ ਗੱਲ ਮੁੱਕ ਗਈ, ਚੰਗਾ ਪੜ੍ਹਿਆ ਨੇ, ਉਹ ਚੰਗਾ ਵੀ ਸੁਣ ਅਤੇ ਕਈ ਸ਼ੈ ਲੈ ਕੇ ਵੀ ਜਾ। ਇਹ ਦਰਸੇ ਅਹਿਲੇ ਬੈਤ ਹੈ, ਇੱਥੇ ਬੰਦਾ ਖਾਲੀ ਝੋਲੀ ਆਵੇ ਅਤੇ ਕਈ ਸ਼ੈ ਲੈ ਕੇ ਜਾਵੇ। ਅਤੇ ਅਗਲੀ ਗੱਲ ਵੀ ਮੇਰੀ ਗੌਰ ਨਾਲ ਸੁਣ ਲਵੋ, ਜਿਸ ਵੀ ਫਰਮਾਨੇ ਮਾਸੂਮ 'ਤੇ ਸ਼ੱਕ ਕੀਤਾ ਨਾ, ਜਿਨਸ ਵੀ ਤਬਦੀਲ ਹੋ ਗਈ ਹੈ, ਸ਼ਕਲ ਵੀ ਤਬਦੀਲ ਹੋ ਗਈ। ਗੱਲ ਤੁਹਾਡੀ ਸੁਣੀ ਹੋਈ ਤਾਂ ਚਲੋ ਮੈਂ ਸਮਝਾ ਦਿੰਦਾ। ਮੈਂ ਕਿ ਮਾਸੂਮ ਦੇ ਫਰਮਾਨ 'ਤੇ ਸ਼ੱਕ ਕਰਨ ਨਾਲ ਸ਼ਕਲ ਵੀ ਤਬਦੀਲ ਹੋ ਜਾਂਦੀ, ਜਿਨਸ ਵੀ ਹੋ ਜਾਂਦੀ, ਤਾਂ ਹੋਈਏ ਤੁਹਾਨੂੰ ਮੈਂ ਯਾਦ ਕਰੇ ਨਾ, ਹੋਈਏ ਦਿਹਾੜੀ ਜੁੰਮੇ ਦੀ ਅਤੇ ਸ਼ਹਿਰਾਈ ਮਦੀਨਾ ਅਤੇ ਅਲੀ ਦੀ ਪੱਗ ਦਾ ਵਾਰਿਸ, ਮੁਜਸਮੇ ਸ਼ਰਾਫਤ ਮੇਰਾ ਹਸਨ ਮੌਲਾ ਮਿੰਬਰ 'ਤੇ ਬਹਿ ਕੇ ਪਿਆ ਦੇਣ। ਲੋਗੋ ਯਾਦ ਰੱਖੋ, ਮੇਰਾ ਨਾਨਾ ਮੁਹੰਮਦ ਮੇਰਾਜ 'ਤੇ ਗਏ ਅਤੇ ਪਾਣੀ ਚੱਲਦਾ ਰਿਹਾ, ਬਿਸਤਰਾ ਗਰਮ ਰਿਹਾ ਅਤੇ ਕੁੰਡਾ ਹਲਦਾ ਰਿਹਾ। ਇਸ ਗੱਲ ਦਾ ਤੁਹਾਨੂੰ ਪਤਾ ਹੈ ਨਾ, ਅਤੇ ਮੈਂ ਠੀਕ ਖੜਾ ਪੜਦਾ ਨਾ, ਬਈ ਸਰਕਾਰ ਹਸਨ ਪਿਆ ਦੇਣ, ਮੇਰਾ ਨਾਨਾ ਮੇਰਾਜ 'ਤੇ ਗਏ, ਪਾਣੀ ਵੀ ਚੱਲਦਾ ਰਿਹਾ, ਬਿਸਤਰ ਵੀ ਉੱਚਾ। ਬੋਲੋ ਯਾਰ, ਕੁਝ ਨਹੀਂ ਹੁੰਦਾ, ਲੈ ਵੀ ਆ ਕੁਰਾਨ 'ਤੇ ਮੇਰਾ ਹੱਥ ਹੀ, ਕਬਰ ਹੁਸੈਨ 'ਤੇ ਮੇਰਾ ਹੱਥ ਹੀ, ਸਿਰ ਹਲਾਵਣੇ ਕਬਰ ਔਖੀ ਹੈ, ਬੰਦੇ 6ਵੇਂ ਇਮਾਮ ਤੂੰ ਮੰਨ ਕੇ ਪੁੱਛੇ ਮੌਲਾ, ਜਿਹੜਾ ਬੰਦਾ ਤੁਹਾਡੇ ਜ਼ਿਕਰ ਦੀ ਤਾਈਦ ਕਰੇ, ਬੋਲੇ ਜ਼ਬਾਨ ਹਲਾਵੇ ਤਾਈਦ ਵਾਸਤੇ, ਅਤੇ ਅਜਰ ਕਿਤਨਾ ਮਿਲ ਸੀ, ਪਰ ਮੈਂ ਇਤਨਾ ਉੱਚਾ ਬੋਲੇ ਉਸਦੀ ਆਵਾਜ਼ 70 ਕਦਮ 'ਤੇ ਪਹੁੰਚ ਜਾਏ। ਉਹ ਬੰਦਾ ਯਾਦ ਰੱਖੇ, ਮੈਂ ਇਮਾਮ ਗਰੰਟੀ ਦੇ ਰਿਹਾ, ਮੈਂ ਇਮਾਮ ਜ਼ਮਾਨਾ ਦੇ ਰਿਹਾ, ਕਬਰ 'ਚ ਸਵਾਲੋ ਜਵਾਬ ਦੇ ਦੌਰਾਨ ਉਸ ਦੀ ਜਗ੍ਹਾ 'ਤੇ ਜਾਂ ਮੈਂ ਬੋਲੇ ਸਾਂ ਜਾਂ ਮੇਰਾ ਦਾਦਾ ਅਲੀ ਇਬਨ ਅਬੀ ਤਾਲਿਬ।
ਤੂੰ ਥੋੜਾ ਥੋੜਾ ਬੋਲੋ, ਮੈਨੂੰ ਪਤਾ ਲੱਗੇ ਵੀ ਮੈਂ ਪੜ੍ਹਦਾ ਖੜਾ, ਤੁਸੀਂ ਸੁਣਦੇ ਖਲੋਤੇ। ਫਰਮਾਇਆ ਮੇਰਾ ਨਾਨਾ ਮੇਰਾਜ ਤੇ ਗਏ, ਪਾਣੀ ਚੱਲਦਾ ਰਿਹਾ, ਬਿਸਤਰ ਗਰਮ ਰਿਹਾ ਤੇ ਕੁੰਡਾ ਹਲਦਾ ਰਿਹਾ। ਹੁਣ ਮਜਮਾ ਬੈਠਾ ਹੀ ਢੇਰ ਸਾਰਾ ਜੁੰਮੇ ਦੇ ਦੌਰਾਨ, ਜਿਹੜਾ ਬੰਦਾ ਜੁੰਮਾ ਪੜ੍ਹਦੇ ਮੇਰੀ ਗੱਲ ਦੀ ਤਾਈਦ ਕਰ ਸੀ। ਜੁੰਮੇ ਦੀ ਨਮਾਜ਼ ਦੀਆਂ ਰਕਾਤ ਆਉਂਦੀਆਂ ਨੇ ਦੋ, ਉਹ ਦੋ ਹੀ ਹਨ, ਅਤੇ ਪੇਸ਼ੀ ਦੀਆਂ ਚਾਰ, ਜੁੰਮੇ ਦੀਆਂ ਦੋ। ਜਿਹੜਾ ਤੁਸੀਂ ਖੁਤਬਾ ਨੇ ਬਹਿ ਕੇ ਸੁਣਦੇ ਮੌਲਵੀ ਸਾਹਿਬ ਕੋਲੋਂ, ਉਹ ਖੁਤਬਾ ਚਾਚਾ ਦੋ ਰਕਾਤਾਂ ਦਾ ਸਵਾਬ ਮਿਲਦੇ ਉਸ ਖੁਤਬਾ ਸੁਣਨ ਨਾਲ। ਅਤੇ ਮੌਲਾ ਜੁੰਮੇ ਵਾਲੇ ਦਿਨ ਪਿਆ ਦਿਨ ਮੇਰਾ ਨਾਨਾ ਮੇਰਾ ਅੱਜ ਤੱਕ ਬੰਦਾ ਵਿੱਚੋਂ ਖੜਾ ਹੋ ਗਿਆ, ਵਿੱਚੋਂ ਬੰਦਾ ਇੱਕ ਨਾ ਖਲੋ ਗਿਆ। ਉਸ ਅਗਰ ਸਰਕਾਰ ਕੁਝ ਸੋਚਿਆ ਕਰੋ, ਏਡੀ ਲੰਬੀ ਰਾਤ ਆਈ ਮੇਰਾਜ ਵਾਲੀ, ਦੱਸਾਂ ਚਾ ਕਿਤਨੀ ਰਾਤ ਆਈ ਚਾਚਾ, 18,000 ਸਾਲਾਂ ਦੀ ਨਿੱਕੀ ਜਿਹੀ ਰਾਤ। ਹੁਣ ਤਾਂ ਸਿਰ ਹਲਾ ਉਸਦਾ, 18,000 ਸਾਲ ਦੀ ਛੋਟੀ ਜਿਹੀ ਰਾਤ। ਉਸ ਅਗਰ ਸਰਕਾਰ ਕੋਈ ਸੋਚਿਆ ਕਰੋ, ਏਡੀ ਲੰਬੀ ਰਾਤ ਅਤੇ ਪਾਣੀ ਉਂਝੇ ਚੱਲਦਾ ਰਿਹਾ ਅਤੇ ਬਿਸਤਰ ਉਂਝੇ ਗਰਮ ਰਿਹਾ ਅਤੇ ਕੁੰਡਾ ਉਂਝੇ ਹਲਦਾ ਰਿਹਾ। ਮੇਰੇ ਬਾਦਸ਼ਾਹ ਮੁਸਕਰਾ ਕੇ ਫਰਮਾਇਆ, ਇੱਕ ਵਾਰੀ ਘਰ ਵੰਝ, ਇਹ ਹੁਣੇ ਪਤਾ ਲੱਗ ਪਏ ਸੀ ਬਈ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ, ਥੋੜ੍ਹੀ ਮੇਰੀ ਹੈਲਪ ਕਰੋ ਯਾਰ। ਇੱਕ ਵਾਰੀ ਘਰ 'ਤੇ ਜਾ, ਉਹ ਟੁਰ ਪਿਆ ਹੁੱਸੇ ਚਾ ਕੇ, ਉਹ ਜੀ ਮਦੀਨੇ ਵਾਲਾ ਸਹੀ ਤਾਂ ਜਿੱਦਾਂ ਹੀ ਗੱਲ ਕੀਤੀ ਆਪਣੀ ਕੀਤੀ ਨੇ, ਜਿਹੜੀ ਹਸਦ ਦੀ ਅੱਗ ਹੁੰਦੀ ਹੈ ਨਾ, ਉਸ ਵਾਸਤੇ ਲੱਕੜ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਉਹ ਇੱਥੇ ਬਲਦੀ ਹੈ ਇੱਥੇ ਅਤੇ ਛੋਲੇ ਇੱਥੋਂ ਨਿਕਲਦੇ ਨੇ। ਉਹ ਬੋਲੋ ਭਾਈ ਇੰਝ ਨਾ, ਉਹ ਇੱਥੇ ਬਲਦੀ ਹੈ। ਉਹ ਗੁੱਸੇ ਚਾਹੇ ਵੇਖੋ ਜੀ ਅਲੀ ਦਾ ਪੁੱਤਰ ਪਿਆਦਾ, ਨਾ ਨਾ ਮੇਰਾ ਅੱਜ ਤਾਂ ਗਏ ਅਤੇ ਪਾਣੀ ਉਂਝੇ ਚੱਲਦਾ ਰਹੇ, ਉਹ ਤਾਂ ਨਹੀਂ ਸਕਦਾ। ਜਿਹੜੇ ਘਰ ਪਹੁੰਚਿਆ ਤਾਂ ਤਵੱਜੋ ਕਰੇ, ਜਿਹੜੇ ਘਰ ਪਹੁੰਚਿਆ ਨਾ, ਮੈਂ ਕਿਤਾਬ ਵਿੱਚ ਪੜ੍ਹੇ ਬਈ ਦੁਪਹਿਰਾਂ ਦਾ ਟਾਈਮ ਆਈ, ਉਹ ਸਾਡੇ ਬਾਹਰ ਹੈ ਦੁਪਹਿਰ ਹੀ ਆਉਂਦੇ ਨਹੀਂ ਯਾਰ, ਵੀ ਦੁਪਹਿਰਾਂ ਦੇ ਵੇਲੇ ਤਾਂ ਬੀਬੀ ਕੋਈ ਸਬਜ਼ੀ ਬੈਠੀ ਕੱਟਦੀ ਆਈ ਆ ਕੋ ਲੰਗਰ ਸ਼ੰਗਰ ਵਾਸਤੇ। ਉਹ ਜਿਹੜੇ ਘਰ ਗਏ ਨਾ ਤਾਂ ਬੀਬੀ ਆ ਕੇ ਵੀ ਕੇ ਬਣਿਆ, ਤੂੰ ਤਾਂ ਗਿਆ ਜੁੰਮਾ ਪੜੇ। ਉਸ ਕਿਹਾ ਮੈਂ ਤਾਂ ਰੋਦ ਨਾ ਆਪਦਾ, ਜਿਹੜੇ ਮਦੀਨੇ ਵਾਲੇ ਸੈਦ ਨਹੀਂ, ਇਹ ਜਿੱਦਾਂ ਹੀ ਗੱਲ ਕਰੇ ਦੇਣ ਆਪਣੀ ਹੀ ਕਰੇ ਦੇ, ਅੱਜ ਵੱਧ ਆਪਣੀ ਗੱਲ ਪਿਆ ਕਰੇ ਦਾ, ਮੇਰਾ ਨਾਨਾ ਮੇਰਾ ਅੱਜ ਤੇ ਗਏ, ਪਾਣੀ ਚੱਲਦਾ ਰਿਹਾ, ਬਿਸਤਰ ਗਰਮ ਰਿਹਾ ਅਤੇ ਕੁੰਡਾ ਹਲਦਾ ਰਿਹਾ, ਕਿਵੇਂ ਹੋ ਸਕਦਾ? ਉਸ ਕਿਹਾ ਬੰਦੇ ਦਾ ਬੱਚਾ ਬਣ, ਮਾਸੂਮ ਦੇ ਫਰਮਾਨ 'ਤੇ ਸ਼ੱਕ ਨਹੀਂ ਕਰੀਂਦਾ, ਜਿਹੜਾ ਕਰੇਂਦਾ ਸ਼ਕਲ ਵੀ ਤਬਦੀਲ ਹੋ ਜਾਂਦੀ ਹੈ, ਜਿਨਸ ਵੀ ਤਬਦੀਲ ਹੋ ਜਾਂਦਾ। ਉਸ ਆਖਿਆ ਬਈ ਜੁੰਮਾ ਪੜ੍ਹ ਅਤੇ ਭਾਵੇਂ ਨਾ ਪੜ, ਇਹ ਪਾਣੀ ਮੁੱਕਾ ਪਈ, ਤੁਸੀਂ ਮੇਰੇ ਪਾਸੇ ਵੇਖ, ਉਹਲੇ ਨਲਕੇ ਕੌਣ ਲਾਉਂਦੇ, ਵਾਟਰ ਸਪਲਾਈਆਂ, ਉਹ ਦੂਰੋਂ ਬੰਦੇ ਪਾਣੀ ਵੰਜ ਕੇ ਭਰ। ਉਸ ਕਿਹਾ ਡੋਲ ਚਾਹ ਅਤੇ ਵੰਜ ਦਰਿਆ, ਤੂੰ ਪਾਣੀ ਭਰ ਆ, ਕਮਰ ਤਾਂ ਵੱਜੋ ਕਰੇ ਬਈ। ਡੋਲ ਚਾਹਿਆ ਅਤੇ ਟੁਰ ਪਿਆ ਦਰਿਆ ਦੇ ਕਿਨਾਰੇ 'ਤੇ ਆਇਆ, ਜੇਠ ਹਾੜ ਦੇ ਦਿਹਾੜੇ ਹਨ ਚਾਚਾ, ਗਰਮੀ ਮੌਸਮ, ਉਹ ਸ਼ਿੱਦਤ ਦੀ ਗਰਮੀ, ਦਿਲ ਕੀਤਾ ਆਇਆ ਜਿਵੇਂ ਕਿਵੇਂ ਖੜਾ, ਤੇ ਚਲੋ ਕੋ ਨਹਾ ਸ਼ਾ ਹੀ ਲਵਾਂ, ਕੁਝ ਸਮੇਂ ਠੰਡਾ ਬਈ ਕਰ ਲਵਾਂ। ਡੋਰ ਰੱਖਿਆ ਕਿਨਾਰੇ 'ਤੇ, ਪਾਣੀ 'ਚ ਮਾਰੀ ਛਾਲ, ਤੁਸੀਂ ਕਿਹਾ ਦਿਓ ਦਰਕ ਮਾਰਿਆ, ਹੁਣ ਤਾਂ ਠੀਕ ਹੈ ਨਾ, ਹਾਂ ਪਾਣੀ ਛਾਲ ਮਾਰੀ, ਦਰਕ ਮਾਰਿਆ, ਟੁੱਬੀ ਲਾਈ, ਗੋਤਾ ਲਾਇਆ, ਹੁਣ ਜੇ ਸਿਰ ਹਿਲਾਇਆ ਮੈਨੂੰ ਦੁੱਖ ਲੱਗ ਸੀ, ਮੇਰੀ ਮਿਹਨਤ ਜ਼ਾਇਆ ਨਾ ਕਰੇ, ਟੁੱਬੀ ਲਾਈ, ਗੋਤਾ ਲਾਇਆ, ਸਿਰ ਤਲੇ ਗਿਆ ਤਾਂ ਮਰਦ ਆਈ, ਬਾਹਰ ਕੱਢਿਆ ਤੇ ਔਰਤ ਬਣ ਗਈ। ਹੈਦਰੀ
ਉਹੀ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਪਈ? ਮੈਂ ਆਖਿਆ ਵੀ ਸਿਰ ਥੱਲੇ ਗਿਆ ਅਤੇ ਮਰਦ ਬਾਹਰ ਕੱਢਿਆ, ਸੁਪੇਅਰ ਪਾਰਟ ਤਬਦੀਲ, ਮਰਦ ਆਈ ਅਤੇ ਔਰਤ ਬਣ ਗਈ। ਹੁਣ ਲੁਤਫ ਲਿਓ ਤਾਂ ਮੈਂ ਗੱਲ ਕਰਾਂ, ਵਿਚਾਰੀ ਬੜੀ ਪਰੇਸ਼ਾਨ ਹੋ ਗਈ। ਆਏ ਹਾਏ, ਉਹ ਜਿਹੜੇ ਬਾਹਰ ਡਿੱਠਾ ਨਾ ਨੌ ਕਿਨਾਰਾ ਜਿੱਥੇ ਡੋਲ ਰੱਖਿਆ ਸੀ, ਉਹ ਡੋਲ ਕੋਈ ਨਾ, ਪਰੇਸ਼ਾਨ ਹੋ ਗਈ ਅਤੇ ਦਰਿਆ 'ਚੋਂ ਬਾਹਰ ਨਿਕਲੀ। ਆਪਣੇ ਆਪੇ ਸੁਚੇਂਦਿਆਂ ਦੀ ਨਾ ਇਮਾਮ ਦੇ ਕੌਲ 'ਤੇ ਸ਼ੱਕ ਕਰਾਂ, ਨਾ ਜਿਨਸ ਤਬਦੀਲ ਹੋਵਿਆ। ਬਾਤ ਲੰਬੀ ਅਤੇ ਮੈਂ ਬਿਲਕੁਲ ਮੁਕਾ ਕੇ ਨਤੀਜੇ ਦੇ ਕੋਲ ਆ ਗਿਆ। ਟੁਰਦੀ ਟੁਰਦੀ ਉਹ ਸਾਹਮਣੇ ਕੋਈ ਆਬਾਦੀ ਨਜ਼ਰ ਆਈ, ਦੋ ਚਾਰ ਬੰਦੇ ਖੜੋਤੇ ਨੇ। ਵਿਚਾਰੀ ਉੱਥੇ ਪਹੁੰਚ ਗਈ, ਪੁੱਛਿਆ ਜੀ ਇਸ ਸ਼ਹਿਰ ਦਾ ਨਾਂ ਕੀ ਹੈ? ਉਹਨਾਂ ਕਿਹਾ ਤੂੰ ਇਸ ਸ਼ਹਿਰ ਨੂੰ ਛੋੜ, ਤੂੰ ਕਿੱਥੋਂ ਆਈ ਹੈ? ਹਾਏ ਹਾਏ ਹਾਏ, ਤੁਹਾਡੀ ਮਰਜ਼ੀ ਹੈ ਬਾਈ, ਤੂੰ ਕਿੱਥੋਂ ਆਈ ਹੈ? ਮਿਸਾਲ ਦੇਵਾਂ ਚੈੱਕ ਕੌੜੀ ਸੋ ਤਾਂ ਨਹੀਂ ਨਾ। ਉਹਨਾਂ ਕਿਹਾ ਤੂੰ ਕਿੱਥੋਂ? ਅਸਾਂ ਕਿਹਾ ਜੀ ਬੁਲਵਾਲ। ਉਹਨਾਂ ਕਿਹਾ ਵੀ ਨਾ ਪਹਿਲੀ ਵਾਰੀ ਸੁਣੇ। ਜ਼ਿਲ੍ਹਾ ਕਿਹੜਾ ਲੱਗਦਾ ਜੀ? ਸਰਗੋਧਾ। ਉਹਨਾਂ ਕਿਹਾ ਜੀ ਇਹ ਵੀ ਨਾ ਪਹਿਲੀ ਵਾਰੀ ਸੁਣੇ। ਸੂਬਾ ਕਿਹੜਾ ਜੀ? ਪੰਜਾਬ। ਉਹਨਾਂ ਕਿਹਾ ਇਹ ਵੀ ਨਾ ਪਹਿਲੀ ਵਾਰੀ ਸੁਣਿਆ। ਮੁਲਕ ਕਿਹੜਾ ਜੀ? ਜੀ ਪਾਕਿਸਤਾਨ। ਉਹਨਾਂ ਕਿਹਾ ਜੇ ਬਣਿਆ ਹੀ ਨਹੀਂ। ਖੁਦਾ ਦੀ ਕਸਮ ਐਸਾ ਰਿਜ਼ਲਟ ਅੱਛਾ ਦੇਣੇ, ਦਿਲ 'ਤੇ ਲਿਖ ਲਵੇ ਮੇਰਾ ਰਿਜ਼ਲਟ। ਉਹਨਾਂ ਇੱਕ ਜਵਾਨ ਤਲਾਸ਼ ਕਰਕੇ ਬੀਬੀ ਜੀ ਦਾ ਨਿਕਾਹ ਕਰ ਛੱਡਿਆ, ਸ਼ਾਦੀ ਹੋ ਗਈ। ਮੈਂ ਕਿਤਾਬ ਵਿੱਚ ਪੜ੍ਹੇ 30 ਸਾਲ ਗੁਜ਼ਰ ਗਏ, 13 ਬੱਚਿਆਂ ਦੀ ਮਾਂ ਬਣ ਗਈ। ਤੁਸੀਂ ਸਿਰੇ ਮਾਸ਼ਾਅੱਲਾ ਕਿ ਜਿਸ 30 ਸਾਲ ਕੱਢਣ ਉਸ ਤੋਂ ਪੁੱਛੋ ਵੀ ਕਿਵੇਂ ਨਿਭੇ। ਤਾਰੀਖਾਂ ਦੀ ਬਾਈ ਜੀ, ਖੁਦਾ ਦੀ ਕਸਮ ਕਿਤਾਬ ਖੜਾ ਪੜ੍ਹਦਾ, ਕਪਲੇ ਥੋੜ੍ਹਾ ਲਿਆਂਦਾ ਖੜਾ, ਮੈਨੂੰ ਉਹਨੇ ਕਿਤਾਬ ਦਾ ਲਫ਼ਜ਼ 30 ਸਾਲ ਗੁਜ਼ਰੇ ਤਾਰੀਖਾਂ ਦੀ। ਉਹ ਬਾਈ ਆਰਾਮ ਕਰ ਬੈ ਮੇਰਾ ਪੁੱਤਰ, 30 ਸਾਲ ਗੁਜ਼ਰ ਗਏ, 13 ਬੱਚਿਆਂ ਦੀ ਮਾਂ ਬਣ ਗਈ। ਸੁਚੇਂ ਦੀ ਰੋਜ਼ ਹਾਈ, ਗਲਤੀ ਹੋ ਗਈ, ਮਾਸੂਮ ਦੇ ਫਰਮਾਨ 'ਤੇ ਸ਼ੱਕ ਨਾ ਕਰਾ। 30 ਸਾਲ ਤੋਂ ਬਾਅਦ ਵੱਧ ਡੋਲ ਚਾਇਆ, ਵੱਧ ਜੇਠ ਹੜ੍ਹ ਦਾ ਮੌਸਮ, ਵੱਧ ਦਰਿਆ 'ਤੇ ਗਈ, ਵੱਧ ਰੱਕ ਮਾਰਿਆ ਚਾਚਾ, ਵੱਧ ਟੁੱਬੀ ਲਾਈ, ਗੋਤਾ ਲਾਇਆ, ਸਿਰ ਥੱਲੇ ਗਿਆ ਤਾਂ ਔਰਤ ਆਈ, ਬਾਹਰ ਕੱਢਿਆ ਅਤੇ ਫਿਰ ਮਰਦ ਆਈ। ਉਹ ਬੋਲ ਤਾਂ ਸਹੀ, ਸਿਰ ਨਹਲਾ ਹੈਦਰੀ। ਹੈਦਰੀ ਮਿਹਰਬਾਨੀ ਜੀ, ਮਿਹਰਬਾਨੀ, ਬਾਤ ਖਤਮ ਜੀ। ਰਿਜ਼ਲਟ ਦੇ ਕਰੀਬ ਆ ਗਿਆ, ਫਿਰ ਮਰਦ ਸਾਹਮਣੇ ਵੇਖਿਆ ਤਾਂ ਉਹ ਪੁਰਾਣਾ ਕਿਨਾਰਾ, ਉਹ 30 ਸਾਲ ਪਹਿਲੇ ਵਾਲਾ ਜਿੱਥੇ ਡੋਲ ਰੱਖਿਆ ਉਸ ਨਾ, ਉੱਥਾਂ ਹੀ ਡੋਲ ਪਿਆ। ਜਲਦੀ ਜਲਦੀ ਬਾਹਰ ਨਿਕਲਿਆ, ਡੋਲ ਪਾਣੀ ਦਾ ਭਰਿਆ, ਘਰ ਵਾਲੇ ਪਾਸੇ ਟੁਰ ਪਿਆ। ਸੁਚੇਂਦਾ ਆਉਂਦੇ 30 ਸਾਲ ਗੁਜ਼ਰ ਗਏ, ਪਤਾ ਨਹੀਂ ਬੀਬੀ ਜ਼ਿੰਦਾ ਹੈ ਹੀ ਸਹੀ ਜਾਂ ਮਰ ਗਈ। ਘਰ ਖਲੋਤਾ ਜਿਸ ਹੁਣ ਸਿਰ ਹਿਲਾਇਆ ਨਾ, ਮੈਂ ਲੱਗਾ ਤੋੜਸ, ਲੜਨਾ ਨਹੀਂ, ਪੁੱਛਣ ਦਾ ਹੱਕ ਹੈ ਵੇ, ਕੋ ਲੰਗਰ ਸ਼ੰਗਰ ਕਰ ਰਿਹਾ ਜੇ ਭੁੱਖਾ ਹੀ ਬੈਠਾ ਸੁਣਦੇ ਮਜਲੇ ਸੇ ਹੁਸੈਨ। ਡੋਲ ਪਾਣੀ ਦਾ ਭਾਈ ਵੇਖੇ, ਕਮਰ ਮੇਰੇ ਪਾਸੇ ਵੇਖੇ, ਡੋਲ ਪਾਣੀ ਦਾ ਭਰਿਆ, ਸੁਚੇਂਦਾ ਆਉਂਦੇ ਪੁੱਤ ਨੇ ਬੀਬੀ ਜ਼ਿੰਦਾ ਹੈ ਜੇ ਮਰ ਗਈ ਹੈ, ਘਰ ਖੜੋਤਾ ਜੇ ਢਹਿ ਗਿਆ। ਜਿਹੜੇ ਘਰ ਆਇਆ ਨਾ, ਮੈਨੂੰ ਇੱਜ਼ਤ ਬਤੂਲ ਦੀ ਕਸਮ ਹੈ, ਕਿਤਾਬ ਵਾਲੇ ਇੰਨੇ ਹੀ ਲਿਖੇ, ਘਰ ਆਇਆ ਤਾਂ ਬੀਬੀ ਅਜਾ ਸਬਜ਼ੀ ਕਟੇਂਦੀ ਬੈਠੀ, ਇੱਕ ਸਿਰ ਤਾਲਾ ਸਿਰ ਤਾਲਾ, ਅਜੇ ਬੀਬੀ ਸਬਜ਼ੀ
ਕੱਟਦੀ ਬੈਠੀ। ਬੀਵੀ ਇੰਜ ਸਰ ਚ ਆਇਆ ਇੰਜ, ਉਸ ਕਿਹਾ ਚੌਧਰੀ ਸਾਹਿਬ ਖਾਨ ਸਾਹਿਬ ਜਾਂ ਮਲਿਕ ਸਾਹਿਬ ਜੋ ਵੀ ਆਈ ਬਾਈ, ਉਸ ਕਿਹਾ ਵੀ ਇਹ ਬੰਦਾ ਕੋਈ ਪਾਣੀ ਰਾਹ ਤੇ ਲਈ ਖਲਾਈ। ਹਾਏ 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 ਹਾਏ, ਤੁਹਾਡੀ ਮਰਜ਼ੀ ਹੋ ਯਾਰ, ਹੈਦਰੀ ਬਚੜਾ ਮੈਂ ਮਿਹਨਤ ਪੂਰੀ ਖਲਾ ਕਰਦਾ ਸੀ ਇਹ ਬੋਲੇ ਨੇ ਤੇ ਵਾਹ। ਉਸ ਕਿਹਾ ਬਾਈ ਅੱਗੇ ਵਹਿੰਦਾ ਹੈ ਤੇ ਕਦੋਂ ਚਾਰ ਘੰਟੇ ਲਾਂਦਾ ਤੇ ਆਈ ਤੇ ਇਵੇਂ ਲੱਗਦਾ ਵੀ ਬੰਦਾ ਦਰਵਾਜ਼ੇ ਤੇ ਪੜ ਉਸ ਕਿਹਾ ਹੈ ਉਹ ਮੇਰੇ 30 ਸਾਲ ਗੁਜ਼ਰ ਗਏ 13 ਬੱਚੇ, ਉਸ ਕਿਹਾ ਤੇਰੇ ਸਾਈਂ ਮਰੇ ਨਾ ਉਹ ਕੇ 30 ਸਾਲ ਉਹ ਬੱਚੇ ਕੇ ਹੁਣ ਗਰੀਬ ਡਰ ਤੂੰ ਦੱਸਦਾ ਹੀ ਨਹੀਂ ਬਈ ਮੈਂ ਦੱਸਾਂ ਕਿਵੇਂ। ਉਸ ਕਿਹਾ ਅੱਛਾ 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 ਤੂੰ ਇਸ ਗੱਲ ਨੂੰ ਛੋੜ, ਤੂੰ ਜਲਦੀ ਜਲਦੀ ਕਰ ਲੰਗਰ ਬਣਾ ਤੇ ਮੈਂ ਇੱਕ ਵਾਰੀ ਮਸਤੀ ਦੇ ਪਾਸੇ ਹੋ ਜਾਵਾਂ। ਉਹ ਵੱਧ ਲੱਗ ਗਈ ਲੰਗਰ ਤਿਆਰ ਕਰਨ ਵਾਸਤੇ, ਟੁਰਦਾ ਟੁਰਦਾ ਮਸਜਿਦ ਵਿੱਚ ਆਇਆ ਨਾ ਤੇ ਅਜਾ ਮੇਰੇ ਮੌਲਾ ਹਸਨ ਮਿੰਬਰ ਤੇ ਬਹਿ ਕੇ ਆਦੇ ਬੈਠੇ ਨੇ, ਮੇਰਾ ਨਾਨਾ ਮੇਰਾ ਆਈ ਤੇ ਗਏ, ਪਾਣੀ ਚੱਲਦਾ ਰਿਹਾ, ਬਿਸਤਰ ਗਰਮ ਰਿਹਾ, ਕੁੰਡਾ ਹਿਲਦਾ ਰਿਹਾ। ਹੈਦਰੀ ਅੱਜਾ ਮੇਰਾ ਮੌਲਾ ਖੁਤਬਾ ਦੇ ਰਹੇ ਨੇ, ਇੱਕ ਮਿੰਟ ਦੀ ਗੱਲ ਪਿੱਛੇ ਬਚ ਗਈ ਸਾਈਂ ਇੱਥੋਂ ਵੀ ਆਏ ਵਧਿਓ ਉਹ ਜਜ਼ਾਕ ਅੱਲਾ ਮਾਸ਼ਾ ਅੱਲਾ। ਅੱਜਾ ਮੌਲਾ ਖੁਤਬਾ ਇਸ ਇੰਜ ਹੱਥ ਖੜਾ ਕੀਤਾ, ਜਿਹੜਾ ਬੰਦਾ ਕੋਈ ਸਕੂਲ ਗਿਆ ਨਾ ਉਹਨੂੰ ਮੈਂ ਬਚਪਨ ਯਾਦ ਦਿਵਾਉਣਾ ਚਾਹੁੰਦਾ, ਬੱਚੇ ਨੂੰ ਕੋਈ ਮਾਸਟਰ ਸਾਹਿਬ ਨਾਲ ਕੰਮ ਹੋਵੇ ਨਾ ਕਮਰ ਉਹ ਇੰਜੇ ਡਾਇਰੈਕਟ ਨਹੀਂ ਬੋਲਦਾ। ਮੈਨੂੰ ਇੰਜ ਲੱਗਦਾ ਮੈਂ ਇੰਗਲੈਂਡ ਖੜਾ ਪੜਦਾ। ਇਹ ਸਾਰੇ ਕੰਮ ਤੁਸੀਂ ਕੀਤੀ ਬੈਠੇ ਹੋ, ਅਸਾਂ ਵੀ ਕੀਤੇ ਨੇ। ਹਾਂ ਉਹ ਚੰਗਾ ਪਿਆ ਕਰਨ ਨੇ ਸੁਣ, ਪਰ ਸਮਝ ਹੀ ਸਹੀ ਨਾ, ਕੋਈ ਜ਼ਬਾਨ ਹੀ ਹਲਾ ਮੈਨੂੰ ਪਤਾ ਲੱਗੇ ਸੁਣਦਾ ਬੈਠੇ। ਹਾਂ ਉਸ ਹੱਥ ਇੰਜ ਕੀਤਾ ਉਹ ਮੌਲਾ ਕਿਉਂ ਕੇ ਬਣੀ। ਉਸ ਕਿਹਾ ਸਰਕਾਰ ਇਹ ਜੁਮਲਾ ਇੱਕ ਵਾਰੀ ਰਿਪੀਟ ਨਹੀਂ ਕਰਦੇ, ਦੁਬਾਰਾ ਜ਼ਾਕਿਰ ਸ਼ੇਰ ਚੰਗਾ ਪੜੇ ਤੇ ਪੈਸੇ ਵੀ ਦਿੰਦੇ ਹੋ ਤੇ ਆ ਦਿਓ ਵੱਤ ਪੜ। ਉਸ ਕਿਹਾ ਸਰਕਾਰ ਇਹ ਗੱਲ ਇੱਕ ਵਾਰੀ ਵੱਤ ਨਹੀਂ ਕਰੇਂਦੇ। ਮੌਲਾ ਫਰਮਾਇ ਤੂੰ ਇੱਕ ਵਾਰੀ ਪਿਆ ਨਾ, ਮੈਂ 1000 ਦਫ਼ਾ ਆਖਣਾ ਮੇਰਾ ਨਾਨਾ ਮੇਰਾ ਆਈ ਤੇ ਗਏ, ਪਾਣੀ ਚੱਲਦਾ ਰਿਹਾ, ਬਿਸਤਰ ਗਰਮ ਰਿਹਾ, ਕੁੰਡਾ ਹਲਦਾ ਰਿਹਾ। ਉਸ ਕਿਹਾ ਜੀ ਹੋਰ ਕੋਈ ਮੰਨੇ ਨਾ ਮੰਨੇ ਮੈਂ ਮੰਨੀ ਖੜਾ। ਮੇਰੀ ਗੱਲ ਦਾ ਮਕਸਦ ਕੀ ਹੈ? ਇਹ ਜਿਹੜੇ ਮੈਂ ਤੁਹਾਡੇ 8-10 ਮਿੰਟ ਲਏ ਨਾ ਇਹਦਾ ਮਕਸਦ ਕੀ ਹੈ? ਭੁੱਲ ਕੇ ਵੀ ਮਾਸੂਮ ਦੇ ਫਰਮਾਨ 'ਤੇ ਸ਼ੱਕ ਨਹੀਂ ਕਰ। ਪੁੱਤਰ ਦਾ ਕਫਨ ਕੋਈ ਨਹੀਂ, ਧੀ ਦੀ ਚਾਦਰ। ਬਸ ਭਾਈ ਇਤਨਾ ਹੀ ਵਕਤ ਹੈ, 4:30 ਹੋ ਗਏ, ਤਕਰੀਬਨ 1.5 ਘੰਟਾ ਰਹਿ ਗਏ। ਔਰ ਮੈਂ ਮੁਤਮੈਨ ਖੜਾ ਮੌਲਾ ਦੀ ਕਸਮ, ਜਿਤਨਾ ਮੈਂ ਹੁਣ ਮੁਤਮੈਨ ਖੜਾ ਨਾ ਪੁੱਛੋ ਕਿਉਂ। ਜਾਂ ਤਾਂ ਮਜਲਿਸ ਜਾਵੇ ਰਾਤ ਗਏ ਤੱਕ ਵੀ ਸ਼ੱਬੇਦਾਰੀ ਹੁੰਦੀ, ਜੇ ਪ੍ਰੋਗਰਾਮ ਮੁਖਤਸਰ ਹੋਏ ਬਸ ਕੋਸ਼ਿਸ਼ ਹੋਣੀ ਚਾਹੀਦੀ ਬਈ ਮਜਲਿਸ ਅੰਧੇਰਾ ਪਵਣ ਤੋਂ ਪਹਿਲੇ ਖਤਮ ਹੋ। ਪੁੱਛੋ ਕਿਉਂ,
ਚਾਚਾ ਸਵਾਲ ਤਾਂ ਕਰ ਵੀ ਕਿਉਂ ਖੜਾ ਦੇ ਇਸ ਵਾਸਤੇ ਪਿਆ ਨਾ, ਮੋਮਿਨ ਕੋਈ ਦੋ ਮੀਲਾ ਤੋਂ ਆਉਂਦਾ, ਕੋਈ ਤ੍ਰੈ ਤੋਂ, ਕੋਈ ਚਾਰ ਤੋਂ, ਅਤੇ ਮਤਲਬ ਕਿਸੇ ਨਾਲ ਭੇਣ ਹੁੰਦੀ ਹੈ, ਕਿਸੇ ਨਾਲ ਧੀ ਹੁੰਦੀ ਹੈ, ਕਿਸੇ ਨਾਲ ਮਾਂ ਹੁੰਦੀ ਹੈ। ਮੇਰੀ ਗੈਰਤ ਹੀ ਗਵਾਰਾ ਨਹੀਂ ਕਰਦੀ ਬਈ ਕਿਸੇ ਦੀ ਧੀ ਭੈਣ ਨੂੰ ਰਸਤੇ 'ਤੇ ਰਾਤ ਹੋ ਜਾਏ। ਅਲੀ ਦੀਆਂ ਧੀਆਂ ਦਾ ਆਪਣਾ ਮੁਕੱਦਰ ਹੈ। ਬੰਦੇ ਗੱਲਾਂ ਕਰਦੇ ਨੇ ਅਤੇ ਗੌਰ ਨਹੀਂ ਕਰਦੇ, ਅਮਲ ਨਹੀਂ ਕਰਦੇ। ਕਿੱਥੇ ਗਿਆ ਤੇਰਾ ਅਕੀਦਾ? ਤੂੰ ਆਦੇ ਹਰ ਮਜਰੇ ਸਿੱਚ ਪਰਦਾਰਾਂ ਦੇ ਰੂਹ ਆਉਂਦੇ ਪੜਦੇ ਨਾ ਜ਼ਾਕਿਰ ਬਲਕਿ ਇੱਥੋਂ ਤੱਕ ਆਖਦੇ ਨੇ ਹੋ ਸਕਦਾ ਕਹਿੰਦੇ ਪਾਸੇ ਨਾਲ ਸ਼ਾਮ ਦਾ ਕਹਿ ਦਿਓ ਸੁਣਦੇ ਹੋ ਯਾਰ ਆਖਦੇ ਨਾ ਇਹ ਜੁਮਲਾ ਹੀ ਗੱਲ ਹੈ ਤੇ ਬਈ ਹੋ ਸਕਦਾ ਯਕੀਨਨ ਮੈਂ ਅਲਮ ਤੇ ਹੱਥ ਹੈ ਕਿਤਾਬ ਦਾ ਨਾਂ ਹੈ ਬਹੂਰ ਉਲ ਗੁੰਮਾ ਮੁਹੰਮਦ ਅਲੀ ਲਖਨਵੀ ਉਹਨਾਂ ਲਿਖਿਆ ਵੀ ਇੱਕ ਬੰਦੇ ਪੰਜਵੇਂ ਇਮਾਮ 'ਤੇ ਸਵਾਲ ਕੀਤਾ ਮੌਲਾ ਹਰ ਮਜਦੇ ਸੇ ਚਾਹੁੰਦੇ ਹੋ ਪੰਜਵੇਂ ਰੋ ਕੇ ਫਰਮਾਇਆ ਆਉਂਦੇ ਸਾਰੇ ਹਾਂ ਮਗਰ ਯਾਦ ਰੱਖ ਹਰ ਮਜਦੇ ਸੇ 'ਚ ਮੇਰਾ ਗਰੀਬ ਬਾਬਾ ਸਜਾਦ ਜ਼ਰੂਰ ਆ ਅਮੀਰ ਨਾ ਬਣੇ ਹਾਏ ਕਰ ਛੋੜੇ ਅੱਛਾ ਮੌਲਾ ਆਉਂਦੇ ਜੋ ਫਿਰ ਬਾਂਧੇ ਕਿੱਥੇ ਨੇ ਮਿੰਬਰ ਦੇ ਸਾਹਮਣੇ ਨਹੀਂ ਮਜਮੇ ਦੇ ਦਰਮਿਆਨ 'ਚ ਫਰਮਾਇਆ ਨਹੀਂ ਮੌਲਾ ਆਪ ਦੱਸੋ ਕਿੱਥੇ ਬੰਧਨ ਇੱਥੇ ਹਾਏ ਕਰੇ ਉਹ ਇਸ ਇਲਾਕੇ ਲਿਆ ਮੌਲਾ ਆਪ ਦੱਸੋ ਕਿੱਥੇ ਬੰਧਨ ਫਰਮਾਇਆ ਜਨ ਸਾਰੇ ਮੋਮਨੋ ਤੋਂ ਪਿੱਛੇ ਸਵਾਲੀਆ ਦੇ ਮੌਲਾ ਪਿੱਛੇ ਬਾਣ ਦੀ ਕੋਈ ਖਾਸ ਵਜੇ ਫਰਮਾਇਆ ਤੈਨੂੰ ਕਿਹੜਾ ਪੱਤਾ ਮੇਰੇ ਗਰੀਬ ਬਾਬੇ ਨੂੰ ਆਪਣੇ ਬਾਬੇ ਦੇ ਆਜ਼ਾਦਦਾਰਾਂ ਨਾਲ ਕਿਤਨਾ ਪਿਆਰ ਹੈ ਫਰਮਾਇਆ ਇਸ ਵਾਸਤੇ ਪਿੱਛਾ ਬੰਦੇ ਜਦੋਂ ਆਜ਼ਾਦਾਰ ਆਵੇ ਨਾ ਮਜਲੇ ਸੇ 'ਚ ਮੇਰਾ ਗਰੀਬ ਬਾਬਾ ਉੱਠੀ ਉੱਠੀ ਕੇ ਹਰ ਮੋਮਿਨ ਦਾ ਇਸਤਕਬਾਲ ਕਰਦੇ ਅਤੇ ਦੋਵੇਂ ਹੱਥ ਮੱਥੇ ਤੇਰਾ ਕਹਿੰਦੇ ਮੈਂ ਸੱਜਾ ਤੇਰਾ ਸ਼ੁਕਰੀਆ ਅਦਾ ਕਰਦਾ ਉਹਦੀ ਮਜਲਿਸ 'ਤੇ ਆਏ ਜਿਹਦੀ ਲਾਸ਼ 'ਤੇ ਸੱਕੀ ਭੈਣ ਨੂੰ ਰੋਵਣ ਹੀ ਕਹਿੰਦੇ ਦਿੱਤਾ ਖਾਸ ਕਰ ਇਹ ਵੀ ਰਵਾਇਤ 'ਤੇ ਅੱਖਾਂ ਨਾਲ ਪੜੀ ਤ੍ਰੈ ਬੀਬੀਆਂ ਜ਼ਰੂਰ ਆਉਂਦੀਆਂ ਹੋਰ ਕੋਈ ਆਵੇ ਨਾ ਆਵੇ ਤ੍ਰੈ ਪਰਦਾਦਾ ਤ੍ਰੈ ਮਸਤੂਰਾਂ ਜ਼ਰੂਰ ਆਉਂਦੀਆਂ ਸਵਾਲ ਕਰੋ ਕਿੱਥੋਂ ਕਿੱਥੋਂ ਇੱਕ ਬੱਕੀਏ 'ਚੋਂ ਆਉਂਦੀ ਜਿਹਦੇ ਹੱਥ ਪਾਸੇ 'ਤੇ ਆਉਂਦੇ ਇਹ ਕੁੰਮ ਦੇ ਪਹਾੜਾਂ ਦਾ ਔਖਾ ਸਫ਼ਰ ਕਰ ਕੇ ਆਉਂਦਾ ਤੂੰ ਹਾਏ ਕਰ ਤੇ ਭਾਵੇਂ ਨਾ ਕਰ ਮੈਂ ਜੁਮਲਾ ਦਾ ਪਿਆ ਕੁਰਾਨ ਦੀ ਮੈਨੂੰ ਕਸਮ ਹੈ ਦੁੱਖ ਇਸ ਗੱਲ ਦਾ ਇੱਕ ਬੀਬੀ ਸ਼ਾਮ ਦਾ ਜੰਗਲ ਛੋੜ ਗਿਆ ਪ੍ਰੋਗਰਾਮ ਮੇਰਾ ਕੁਝ ਹੋ ਰਿਹਾ ਹੀ ਚਲੋ ਜੁਮਲਾ ਮੇਰੇ ਸਾਹਮਣੇ ਆ ਗਿਆ ਤੇ ਮੈਂ ਇਹੋ ਹੀ ਪੜ੍ਹ ਦੇਵਾਂ ਬਿਲਕੁਲ ਮੁਖਤਸਰ ਜਿਹਾ ਮਾਸੂਮ ਦਾ ਇੱਕ ਫਰਮਾਨ ਹੈ ਫਰਮਾਇਆ ਹਰ ਦੁੱਖ ਸਾਡਾ ਭੁੱਲ ਵੰਜੇ ਛੇਵੇਂ ਇਮਾਮਾਂ ਦੇ ਸਾਡੇ ਸਾਰੇ ਦੁੱਖ ਭੁੱਲ ਵੰਜੇ ਅਕਬਰ ਦੀ ਬਰਛੀ ਭੁੱਲ ਵੰਜੇ ਕਾਸਿਮ ਦੇ ਸਿਹਰੇ ਭੁੱਲ ਵੰਜੇ ਮੇਰੇ ਦਾਦੇ ਹੁਸੈਨ ਦੀਆਂ 13 ਜ਼ਰਬਾਂ ਭੁੱਲ ਵੰਜੇ ਪਤ ਇਮਾਮ ਰੋ ਕੇ ਫਰਮਾਇਆ ਦੋ ਗੱਲਾਂ ਨਾ ਭੁੱਲੇ ਮਾਂ ਦਾ ਦਰਬਾਰ ਵੰਜਣਾ ਧੀ ਦਾ ਬਾਜ਼ਾਰ ਮਾਂ ਦਰਬਾਰ ਔਖੀ ਗਈ ਧੀ ਬਾਜ਼ਾਰ ਔਖੀ ਗਈ ਆਖਾ ਸੱਤਰ ਜੇ ਹਾਏ ਕਰੇ ਤਾਂ ਮਾਂ ਦਰਬਾਰ ਚ ਵੱਲੀ ਸੱਕੀ ਧੀ ਨਾ ਸੁਜਾਤਾ ਤੇ ਜੇ ਧੀ ਬਾਜ਼ਾਰ ਚ ਵੱਲੀ ਚਾਚਾ ਸੱਕਾ ਬਿਰਾ ਮੁਹੰਮਦ ਹਰਫੀਆ ਸਜਾ ਦਾ ਮੁੰਡਾ ਇਲਾਕੇ ਪੁੱਛਦਾ ਵਧਾਈ ਹਾਏ ਸਜਾ ਇਹਨਾਂ ਬੀਬੀਆਂ ਚ ਮੇਰੀ ਭੈਣ ਜ਼ੈਨਬ ਚਲ ਬੱਲਾ ਹੋ ਗਈ ਤੇਰੀਆਂ ਧੀਆਂ ਦੇ ਪਰਦੇ ਮੇਰੇ ਬਿਸਮਿਲਾ ਚਾਚਾ
ਐ ਮਜਲੇ ਸੇ ਕੁਰਾਨ ਦੀ ਕਸਮ ਹੈ ਮੈਂ ਕਮਰ ਇਤਨਾ ਮੁਤਮੈਨ ਖੜੋ ਤਾ ਐ ਮਜਲੇ ਸੇ ਆਏ ਜ਼ਰੂਰੀ ਨਹੀਂ ਤੇਰੀ ਉੱਚੀ ਆਏ ਨਿਕਲੇ ਤੇ ਬੰਦੇ ਸੁਣੇ ਐ ਮਜਲੇ ਸੇ ਅਲਹਮਦੁਲਿਲਾ ਹਰ ਅੱਖ ਦੇ ਆਸੂਏ ਸੱਕਾ ਬਿਰਾ ਸਰਕਾਰ ਹਨਫੀਆ ਪੁੱਛਿਆ ਸਜਾਦ ਇਹ ਜਿਹੜੀਆਂ ਬਾਰਾਂ ਮਿੱਟੀ ਤੇ ਬੈਠੀਆਂ ਇਹਨਾਂ 'ਚ ਮੇਰੀ ਆਲੀ ਹੈ ਭੈਣ ਵੱਲੀ ਹੈ ਮੁੱਕਦੀਆਂ ਨੇ ਮਿਲਸਾਂ ਖੁਦਾ ਅੱਗਾ ਹੋਏ ਹਨਫੀਆ ਪੁੱਛੇ ਤੇ ਸਰਕਾਰ ਸਜਾਦ ਦੀ ਰੱਤ ਵੱਧ ਵੀ ਹਾਂ ਚਾਚਾ ਵੱਲੀ ਹੈ ਮਤ ਕਿੱਥੇ ਬੈਠੀ ਇਹਨਾਂ ਬਾਰਾਂ 'ਚ ਮੈਂ ਪਹਿਚਾਣ ਨਾ ਪੈ ਸਕਦਾ ਇਹਨਾਂ ਬਾਰਾਂ 'ਚੋਂ ਮੇਰੀ ਭੈਣ ਕਿਹੜੀ ਹੈ ਉੱਠੀ ਵੰਜੇ ਉਹ ਬੰਦਾ ਜਿਹੜਾ ਕਲਮਾ ਪੜ੍ਹ ਕੇ ਹੁਣ ਆਏ ਨਾ ਕਰੇ ਸਰਕਾਰ ਸਜਾਦ ਫਰਮਾਇਆ ਚਾਚਾ ਹਿੱਕਾ ਨਿਸ਼ਾਨੀ ਹੈ ਇਹਨਾਂ ਨੂੰ ਗੌਰ ਨਾਲ ਵੇਖ ਜਿਹਦੇ ਸਾਰੇ ਚੋਂ ਰਾਤ ਚੌਖੀ ਪਈ ਵੱਲਦੀ ਹੈ ਅਮੀਰ ਹੈ ਉਹ ਬੰਦਾ ਜੀ ਸਾਰੇ ਚਾਚਾ ਜਿਹਦੇ ਸਾਰੇ ਚੋਂ ਖੂਨ ਚੌਖਾ ਪਿਆ ਵਾਂਦਾ ਹੋਵੇ ਉਹ ਤੇਰੀ ਭੈਣ ਲੈਂਦਾ ਪਏ ਅੱਛਾ ਵੀ ਭੈਣਾਂ ਦੇ ਬਿਰਾ ਬੈਠੇ ਹੋ ਇੱਕ ਗੱਲ ਦੱਸੋ ਜਿੱਦਾਂ ਹੀ ਭੈਣ ਤੇ ਬਿਰਾ ਮਿਲਣ ਸਾਲ ਬਾਅਦ ਮਿਲਣ ਦੋ ਸਾਲਾਂ ਬਾਅਦ ਮਿਲਣ ਮਹੀਨੇ ਬਾਅਦ ਮਿਲਣ ਤੇ ਭੈਣ ਬਿਰਾ ਕਿਵੇਂ ਮਿਲਦੇ ਨੇ ਸ਼ਰੀਫ ਭੈਣਾਂ ਕਮਰ ਸਿਰ ਝੁਕੈਂਦੀਆਂ ਚੰਗੇ ਬਿਰਾ ਭੈਣ ਦੇ ਸਿਰ ਤੇ ਹੱਥ ਰੱਖਦੇ ਨੇ ਕਿਹੜਾ ਜੁਮਲਾ ਮੈਂ ਪੜ੍ਹਾਂ ਤੇ ਤੂੰ ਉੱਚੀ ਆਏ ਕਰੇ ਪੌਣੇ ਦੋ ਸਾਲਾਂ ਤੋਂ ਬਾਅਦ ਭੈਣ ਸਰ ਝੁਕਾਇਆ ਬਿਰਾ ਭੈਣ ਦੇ ਸਰ ਤੇ ਹੱਥ ਰੱਖਿਆ ਬੀਬੀ ਦੀ ਚੀਖ ਨਿਕਲ ਗਈ ਰੋ ਕਿਆ ਦੀ ਹੱਥ ਹੌਲੇ ਲਾਵੇ ਮੈਂ ਨੇਜੇ ਜਲੇ ਦੀ ਰਹੀ ਹਾਂ ਮਰਹਬਾ ਬਾਈ ਮਰਹਬਾ ਬਾਈ ਮਰਹਬਾ ਬਾਈ ਅੱਲਾ ਤੁਹਾਡੀ ਹੈ ਕਬੂਲ ਫਰਮਾਵੇ ਅੱਲਾ ਮੇਰੇ ਅਜ਼ੀਜ਼ ਵਸੀਮ ਦੇ ਰਿਜ਼ਕ ਮਾਲ ਚ ਵੁਸਤ ਅਤਾ ਮਾਲਿਕ ਜ਼ਬਾਨ ਹੀ ਤਾਸੀਰ ਦੇਵੇ ਸੱਕਾ ਫਿਰਾ ਨਾ ਪਹਿਚਾਣ ਸਕੇ ਚਲੋ ਮੈਂ ਵੱਧ ਹੋਰ ਕਰੀਬ ਆ ਜਾਵਾਂ ਮਿੱਟੀ 'ਤੇ ਬੈਠੀਆਂ ਨਾ ਅਲੀ ਦੀਆਂ ਧੀਆਂ ਤੇ ਬਾਰਾਂ ਬੀਬੀਆਂ ਮਿੱਟੀ 'ਤੇ ਅਤੇ ਮੇਰੀ ਸਹਿਣ ਪੁੱਛੇ ਸਜਾਦ ਦੇ ਕਿਹੜਾ ਸ਼ਹਿਰ ਹੈ ਅੰਮਾ ਹੁਣੇ ਤਾਂ ਬਿਰਾ ਹਨ ਮਦੀਨਾ ਹੈ ਮਦੀਨਾ ਆ ਗਿਆ ਹੈ ਆ ਮਦੀਨਾ ਲਫਜ਼ ਮਦੀਨਾ ਆਇਆ ਅਤੇ ਮੇਰੀ ਸਹਿਣ ਇੰਜ ਹੱਥ 'ਚ ਆਏ ਬਦਕਿਸਮਤ ਉਹ ਬੰਦਾ ਜਿਹੜਾ ਹੁਣ ਹਾਏ ਨਗਰ ਇੰਜ ਮੇਰੀ ਸਹਿਣ ਹੱਥ 'ਚ ਆ ਕੇ ਨਾ ਇੱਕ ਨੋਹਾ ਪੜ੍ਹੇ ਨੋਏ ਦਾ ਇੱਕ ਮਿਸਰਾ ਮੈਂ ਸੁਣਾਵਾਂ ਤੁਹਾਨੂੰ ਇੰਜ ਹੱਥ 'ਚ ਆ ਕੇ ਬੀਬੀ ਆਖਿਆ ਮਦੀਨਾ ਤੋਂ ਜੱਦੇ ਨਾ ਲਾ ਤਕਬੇਲੀ ਨਾ ਉਹ ਮੇਰੇ ਨਾਨੇ ਦਾ ਸ਼ਹਿਰ ਮੈਨੂੰ ਕਬੂਲ ਨਾ ਕਰੀ ਜ਼ੈਨਬ ਤੇਰੇ ਜੇ ਵਸਣ ਦੇ ਕਾਬਿਲ ਨਹੀਂ ਸਜਾਦ ਮਦੀਨਾ ਆ ਗਏ ਵਤ ਮੈਂ ਮਦੀਨੇ ਨਹੀਂ ਵਹਿੰਦੀ ਸਜਾਦ ਗਰਮੀ ਡਾਢੀ ਏ ਬਸ਼ੀਰ ਨਾਲ ਏ ਬਸ਼ੀਰ ਇਬਨ ਜਜ਼ਲਮ ਮੈਂ ਸ਼ਾਮ ਚੂ ਇਸੇ ਵਾਸਤੇ ਨਾਲ ਆਉਂਦੇ ਬਸ਼ੀਰ ਨੂੰ ਭੇਜ ਪਹਿਲੇ ਵੰਜ ਕੇ ਮੁਨਾਦੀ ਕਰੇ ਐਲਾਨ ਕਰੇ ਲੋਗੋ ਦਰਵਾਜ਼ੇ ਬੰਦ ਕਰੋ ਬਾਜ਼ਾਰ ਬੰਦ ਕਰੋ ਅਲੀ ਦੀਆਂ ਧੀਆਂ ਉੱਜੜ ਕੇ ਵੱਲ ਆਈਆਂ ਮੇਰੇ ਇਮਾਮ ਸੱਡਾ ਬਸ਼ੀਰ ਜਾ ਮੇਰੀ ਮਾਂ ਦਾ ਹੁਕਮ ਹੈ ਮਦੀਨੇ ਦੇ ਬਾਜ਼ਾਰ ਐਲਾਨ ਕਰ ਦਿਹਾੜਾ ਹੀ ਜੁੰਮੇ ਦੀ ਅਤੇ ਖੁਤਬੇ ਪੜ੍ਹੀਂਦੇ ਪਏ ਹਨ ਬਸ਼ੀਰ ਟੁਰ ਪਿਆ ਚੰਦ ਕਦਮ ਚਾਏ ਨਾ ਅਤੇ ਮੇਰੇ ਮੌਲਾ ਫਰਮਾਇਆ ਇੱਕ ਭਲਾ ਕਰੇ ਸਾਰੇ ਮਦੀਨੇ 'ਚ ਐਲਾਨ ਕਰੇ ਅਲੀ ਦੀਆਂ ਧੀਆਂ ਉੱਜੜ ਕੇ ਵਲੀਆਂ ਅਤੇ ਬਸ਼ੀਰ ਜਿਲ੍ਹੇ ਵੈਸੇ ਨਾ ਮੁਹੱਲਾ ਬਨੂ ਹਾਸ਼ਿਮ ਵਿੱਚ ਉੱਥੇ ਐਲਾਨ ਨਹੀਂ ਕਰਨਾ ਮੌਲਾ ਤਾਂ ਉੱਥੇ ਕੀ ਅਕਸਾਂ ਪਰ ਮੈਂ ਉੱਥੇ ਮੇਰੀ ਭੈਣ ਸਿੱਖਦੀ ਵਧੀਏ ਫਿਰਾ ਵਾਸਤੇ ਮਤਾਂ ਅਕਬਰ ਦੀ ਮੌਤ ਦਾ ਸੁਣ ਕੇ ਮਰ ਜਾਏ ਉੱਥੇ ਐਲਾਨ ਕਰੇ ਲੋਗੋ ਮਦੀਨੇ ਦੇ ਸਰਦਾਰ ਵੱਲ
ਹਨ ਤਾਂ ਸਰਦਾਰ ਨਾ, ਕੈਨਾਤ ਦੇ ਸਰਦਾਰ, ਮਦੀਨੇ ਦੇ ਸਰਦਾਰ ਵੱਲ ਲੈਣ। ਕਾਲਾ ਲਮਚਾ ਕੇ ਟੁਰ ਪਿਆ। ਇਸ ਰਵਾਇਤ ਦਾ ਖੁਦ ਰਾਵੀ ਬੈਣ ਪਿਆ ਕਰਦਾ, ਇਸ ਰਵਾਇਤ ਦਾ ਖੁਦ ਰਾਵੀ ਬਸ਼ੀਰ ਹੈ। ਬਸ਼ੀਰਾ ਦੇ ਖੁਦਕੁਸ਼ੀ ਹਰਾਮ ਨਾ ਹੋਵਿਆ ਨਾ, ਮੌਤ ਮੇਰੇ ਵੱਸ ਹੋਵਿਆ, ਮੈਂ ਦੀਵਾਰਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਜਾਵਾਂ, ਮੰਜ਼ਰ ਮੈਂ ਨਾ ਵੇਖਾਂ। ਕਿਹੜਾ ਮੰਜ਼ਰ? ਅਤੇ ਮੈਂ ਪਹੁੰਚਾ ਮਦੀਨੇ ਦੇ ਦਾਖਲੀ ਰਸਤੇ 'ਤੇ। ਵੇਖੇ ਮੇਰੇ ਵਾਲੀ ਯਾਰ, ਜਿੱਥੋਂ ਲੋਕ ਮਦੀਨੇ ਦਾਖਲ ਹੁੰਦੇ ਨਾ, ਅਤੇ ਮੈਂ ਉੱਥੇ ਪਹੁੰਚਿਆ, ਮੈਂ ਇੱਕ ਬੱਚਾ ਦਿੱਤੇ ਜਿਹਦੀ ਉਮਰ ਹਾਈ 5 ਜਾਂ 6 ਸਾਲ, ਜਿਹਦੇ ਵਾਲਾਂ 'ਚ ਖਾਕ, ਜਿਹਦਾ ਗਿਰੇਬਾਨ ਚਾਕ, ਜਿਹਦੇ ਕੱਪੜੇ ਫੱਟੇ ਹੋਏ, ਜਿਹਦੇ ਪੈਰਾਂ 'ਚ ਨਾ ਲੈਣ ਕੋਈ ਨਾ। ਬਸ਼ੀਰਾ ਦੇ ਗਰਮੀ ਦਾ ਮੌਸਮ ਆਈ, ਇਤਨੀ ਸ਼ਿੱਦਤ ਦੀ ਗਰਮੀ ਆਈ ਨਾ, ਜ਼ਮੀਨ ਤਰਾਮੇ ਵਾਂਗ ਤਪਦੀ ਪਈ ਆਈ। ਬਸ਼ੀਰਾ ਦੇ ਮੈਂ ਉਸ ਬੱਚੇ ਨੂੰ ਡਿੱਠਾ, ਉਹ ਬੱਚਾ ਇੱਕ ਪੈਰ ਜ਼ਮੀਨ 'ਤੇ ਰੱਖਦਾ ਆਈ, ਇੱਕ ਪੈਰ ਚਹਿੰਦਾ ਆਈ। ਅਤੇ ਦੁੱਖ ਦੀ ਗੱਲ ਤਾਂ ਇਹ, ਜਿੱਥੋਂ ਪੈਰ ਚਾਵੇ ਆ ਨਾ, ਉੱਥੇ ਖੂਨ ਲੱਗ ਪੈਂਦਾ। ਹੁਣ ਵੇਖੇ ਮੇਰੇ ਬਸ਼ੀਰਾ ਦੇ, ਇਸ ਤੋਂ ਵੱਡੀ ਦੁੱਖ ਦੀ ਗੱਲ ਛੋਟੇ ਛੋਟੇ ਹੱਥ ਚਹਿੰਦਾ ਹੀ। ਅਤੇ ਕਰਬਲਾ ਦੋ ਵਧਾ ਕੇ ਆਦਾ ਹੀ, ਹੁਣ ਤਾਂ ਵੱਲਵਾ ਮੈਂ ਖੜੋ ਖੜੋ ਕੇ ਥੱਕ ਗਏ। ਬਸ਼ੀਰਾ ਦੇ ਮੈਨੂੰ ਐਲਾਨ ਭੁੱਲ ਗਏ, ਜ਼ਾਕਿਰ ਦਾ ਕੰਮ ਹੁੰਦਾ ਕਹਾਣੀ ਪੜ੍ਹਨਾ, ਰੋਮਣਾ ਤੇਰਾ ਆਪਣਾ ਮੁਕੱਦਰ ਹੈ। ਮੈਂ ਕਹਾਣੀ ਇੰਝ ਖੜਾ ਪੜਦਾ ਜਿਵੇਂ ਕਾਰੀ ਕੁਰਾਨ ਪੜਦੇ। ਬਸ਼ੀਰਾ ਦੇ ਮੈਨੂੰ ਐਲਾਨ ਭੁੱਲ ਗਿਆ, ਆਪਣੇ ਆਪ ਵਿੱਚ ਆਖਿਆ ਪਹਿਲੇ ਪੱਤਾ ਕਰ, ਮਤਾਂ ਕੋਈ ਸਹੀ ਅਦ ਨਾ ਹੋਵੇ। ਟੁਰ ਪਿਆ ਬਸ਼ੀਰ, ਬੱਚੇ ਦੇ ਸੱਜੇ ਪਾਸੇ ਆ ਕੇ ਬਸ਼ੀਰ ਖੜੋ ਗਿਆ। ਚਾਚਾ ਇੰਝ ਸੱਜਾ ਹੱਥ ਚਾ ਕੇ ਨਾ ਬਸ਼ੀਰ ਮੱਥੇ 'ਤੇ ਰੱਖਿਆ। ਕਰੀਏ ਵੈਣ ਦੇਣ ਤਿਆਰ ਹੋ ਗਏ? ਆਓ ਸਹੀ ਬਿਸਮਿਲ੍ਲਾ। ਇੰਝ ਸੱਜਾ ਹੱਥ ਚਾ ਕੇ ਬਸ਼ੀਰ ਮੱਥੇ 'ਤੇ ਰੱਖਿਆ, ਅਤੇ ਬਸ਼ੀਰ ਖੜਾ ਦੇ, ਸ਼ਹਿਜ਼ਾਦਾ ਮਾਸੂਮ, ਮੈਡਾ ਸਲਾਮ। ਸ਼ੀਆਂ ਸੁਣੀਓ, ਛੋਟੇ ਛੋਟੇ ਹੱਥ ਮੱਥੇ ਤੇਰਾ ਗਿਆ ਦੇ ਚਾਚਾ ਮੇਰਾ ਹੀ ਸਲਾਮ। ਬਸ਼ੀਰਾ ਦੇ ਚਾਚਾ ਸੜੇ ਨੇ ਜ਼ਾਦ ਕੌਣਿਆ ਦੇ ਚਾਚਾ, ਜਿਹਨੂੰ ਜ਼ਾਦ ਦੱਸੇ ਨਾ ਉਹ ਤਮਾਚੇ ਮਰੇ। ਹਾਏ ਕਰ ਯਾਰ, ਹਾਏ ਕਰ, ਹਾਏ ਕਰ, ਭਲਾ ਹੋਈ ਦੇਣ ਤਿਆਰ ਕਰ ਚਾਚਾ, ਜਿਹਨੂੰ ਜ਼ਾਦ ਦੱਸੇ ਨਾ ਉਹ ਤਮਾਚੇ ਮਰੇ ਦੇ। ਬਸ਼ੀਰਾ ਦੇ ਤੇਰਾ ਮੇਰਾ ਮਦੀਨੇ ਵਾਲਾ ਮੁਹੰਮਦ ਜ਼ਾਮੇ ਨੇ, ਮੈਂ ਤੈਨੂੰ ਕੁਝ ਨਹੀਂ ਆਦਾ ਦੱਸਾਂ, ਆਜ਼ਾਦ ਕੌਣੇ ਮੁਹੰਮਦ ਦਾ ਨਾਮ। ਹੱਥ ਜੋੜ ਗਿਆ ਦੇ ਚਾਚਾ, ਵਾਸਤਾ ਔਖਾ ਦਿੱਤਾ ਹੀ ਸੁਝਾਣ, ਮੈਂ ਜ਼ਾਤ ਦਾ ਸਯਦ। ਵੇਖੇ ਮੇਰੇ ਵੱਲ ਯਾਰ, ਵੇਖੇ ਮੇਰੇ ਵੱਲ, ਵੇਖੇ ਮੇਰੇ ਵੱਲ ਚਾਚਾ, ਮੈਂ ਜ਼ਾਤ ਸਯਦ। ਬਸ਼ੀਰਾ ਦੇ ਸਯਦ ਦੇ ਨਾਂ ਕੀ ਹੈ ਚਾਚਾ? ਮੇਰਾ ਨਾਂ ਅਬੈਦੁੱਲਾ। ਬਸ਼ੀਰਾ ਦੇ ਜਿਵੇਂ ਆਪਣਾ ਨਾਂ ਦੱਸਈ, ਹੁਣ ਦੱਸਾਂ ਤੇਰੇ ਬਾਬੇ ਦਾ ਨਾਂ। ਉਹ ਗੈਰਾ ਤਾਲਿਓ, ਬਸ਼ੀਰ ਬਾਬੇ ਦਾ ਨਾਂ ਪੁੱਛਿਆ, ਮੈਨੂੰ ਨਹੀਂ ਪਤਾ ਕਿਤਨੇ ਵਾਰੀ ਬੈਠੇ ਤੇ ਵੱਧ ਉੱਠੇ, ਵੱਧ ਬੈਠੇ, ਵੱਧ ਉੱਠੇ। ਬਸ਼ੀਰਾ ਦੇ ਮੈਂ ਤੇਰੇ ਕੋਲੋਂ ਬਾਬੇ ਦਾ ਨਾਂ ਪੁੱਛਦਾ, ਤੂੰ ਬਾਂਧਿਆ ਤੇ ਉੱਠ ਗਿਆ ਦੇ ਚਾਚਾ। ਨਰੋਆ ਮੈਂ ਉਹਦਾ ਪੁੱਤਰਾ ਜਿਹਦੇ ਆਸਰੇ ਤੇ ਜ਼ੈਨਬ ਦੇ ਚਾਚਾ ਮੈਨੂੰ ਸੁਣਿਆ। ਜਿਹਦੇ ਆਸਰੇ ਤੇ ਜ਼ਹਰਾ ਦੀਆਂ ਧੀਆਂ ਵਤਨ ਛੋੜੇ। ਉਹ ਜਵਾਨੀ ਨਸੀਬ ਹੋਵੇ, ਉਹ ਭਲਾ ਹੋਵੇ, ਭਲਾ ਵੀ ਭੈਣਾਂ ਦੇ ਇਹ ਹੱਕ ਬਣਦਾ, ਇਹੋ ਹੱਕ ਹੈ ਜਿਵੇਂ ਹੁਣ ਮਾਤਮ ਕੀ ਦੇ ਚਾਚਾ ਮੈਂ ਅਲਮਾ ਵਾਲੇ।
ਆਲੇ ਅਬਾਸ ਦਾ ਪੁੱਤਰ। ਜੁਮਲੇ ਤਾਂ ਮੈਂ ਹੁਣ ਪੜ੍ਹਨੇ ਨੇ, ਮੇਢਾ ਲਿਆ ਪਤਾ ਨਹੀਂ ਕਿਹੜਾ ਬੰਦਾ ਮਾਤਮ ਕਰੇ ਸੀ ਕਿਹੜਾ ਨਾ ਕਰੇ ਸੀ। ਬਸ਼ੀਰਾ ਦੇ ਸਾਰੀਆਂ ਗੱਲਾਂ ਮੰਦਾ ਸਈਆ ਦੇ ਨਾ ਅਬੈਦੁੱਲਾਹੀ ਬਾਬੇ ਦੇ ਨਾ ਅਬਾਸ ਸਈ। ਹੁਣ ਦੱਸਾਂ ਕਿਹੜੇ ਵੇਲੇ ਦੱਖਣੇ ਆਦੇ ਚਾਚਾ ਛੇਵਾਂ ਮਹੀਨੇ ਧੰਮੀ ਦੇ ਟਾਈਮ ਨਾ ਮਗਰਬ ਦੀਆਂ ਬਾਂਗਾਂ ਮਿਲਦੀਆਂ ਨਾ ਵਾਪਸ ਵੱਲ ਵੇ ਨਾ ਕਿਉਂ ਖੜੋ ਤੇ ਚਾਚਾ ਸੱਜਣਾ ਦਾ ਇੰਤਜ਼ਾਰ ਹੈ। ਬਸ਼ੀਰਾ ਦੇ ਸੱਜਣ ਕਿਤੇ ਗਿਆ ਨਹੀਂ ਆਦੇ ਚਾਚਾ ਸੱਜਣ ਤਾਂ ਮੇਰੇ ਇਰਾਕ ਗਏ ਆਏ। ਬਸ਼ੀਰਾ ਦੇ ਸੱਜਣਾ ਦਾ ਨਾਂ ਚਾਦੇ ਵੱਡੇ ਸੱਜਣ ਦਾ ਨਾਂ ਹੁਸੈਨ ਹੁਸੈਨ ਦਾ ਨਾਮ ਆਏ। ਬਸ਼ੀਰਾ ਦੇ ਵਾਪਸ ਵੱਲ ਵੰਜ ਤੇਰਾ ਜ਼ਰਬਾ ਨਾਲ ਤੱਸਾ ਮਾਰੇ ਭਲਾ ਵੀ ਭਲਾ ਵੀ। ਹੌਸਲਾ ਬਾਬਾ ਹੌਸਲਾ 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 ਹੌਸਲਾ। ਉਹ ਉੱਚੀਆਂ ਕੂਕਾਂ ਮਾਰਾ ਨਾ ਲਿਆ ਤੇਰੀਆਂ ਧੀਆਂ ਤੇ ਭੈਣਾਂ ਤੇ ਪਰਦਿਆਂ ਮੈਨੂੰ ਚਾਚਾ ਛੇਵਾਂ ਮਹੀਨੇ ਚਾਚਾ ਸੱਜਣਾ ਦਾ ਇੰਤਜ਼ਾਰ। ਗੱਲ ਆਇਆ ਔਖੀ ਸ਼ਾਲਾ ਮੈਂ ਪੜ੍ਹ ਲਿਆ ਸਾ ਤੁਸਾਂ ਮਾਤਮ ਕਰ ਲਿਆ ਸੋ। ਬਸ਼ੀਰਾ ਦੇ ਸਾਰੀਆਂ ਗੱਲਾਂ ਮੰਨੀਆਂ ਸਈਆ ਦੇ ਨਾਂ ਅਬੈਦੁੱਲਾਹੀ ਬਾਬੇ ਦੇ ਨਾਂ ਅੱਬਾਸ ਸਈ। ਮੰਨ ਲਿਆ ਛੇ ਮਹੀਨੇ ਹੋ ਗਏ ਨੀ ਛੇ ਮਹੀਨੇ ਦੀ ਹੋ ਗਏ ਨੀ ਛਾਂ ਤੇ ਖੜੋ ਮੈਂ ਆ ਧੁੱਪ ਤੇ ਕਿਉਂ ਖੜਾ ਆ ਹੱਥ ਬਣ ਗਿਆ ਦੇ ਚਾਚਾ ਵਫਾ ਚ ਫਰਕ ਆਉਂਦਾ ਕਿਹੜੀ ਵਫਾ ਚਾਚਾ ਜਿਹਦਾ ਮੈਂ ਨੌਕਰਾਂ ਉਹ ਸਾਰਾ ਦਿਨ ਧੁੱਪ ਤੇ ਸੁੱਤੀ ਰਹਿੰਦੀ ਹੈ। ਕਈ ਕਈ ਕਰ ਬਲਾਲ ਬਾਈ ਵਧਾ ਗਿਆ ਦੀਏ ਹੁਣ ਤਾਂ ਵੱਲਿਆ ਮੈਂ ਫਿਰਾਵਾਂ ਮੋਈ ਵਧੀ ਸੜੀ ਨੀ ਤੇਰੇ ਕਦਮਾਂ ਦੇ ਨਿਸ਼ਾਨ ਮਿਟ ਗਏ। ਅੱਲਾਮਾਨ ਹੈ ਯਾਰ ਅੱਲਾਮਾਨ ਹੈ ਅੱਲਾਮਾਨ ਹੈ। ਹੋ ਗਈ ਮਜਲਿਸ ਰਾਜ਼ੀ ਹੈ ਤੇਰੀ ਜ਼ਿੰਦਗੀ ਹੋਵੇ ਅੱਲਾ ਤੇਰੀ ਜ਼ਬਾਨ ਹੀ ਤਾਸੀਰ ਦੇਵੇ ਰਾਜ਼ੀ। ਅਲਹਮਦੁਲਿਲਾ ਸੁਣਿਆ ਸੁ ਆ ਗਏ ਆਖੋ ਤਾਂ ਮਜਲਿਸ ਹੋ ਗਈ ਆਖੋ ਤਾਂ ਛੋੜ ਦੇਵਾਂ ਆਖੋ ਤਾਂ ਇੱਕ ਵੇਣ ਹੋਰ ਕਰ ਲਵਾਂ। ਬੋਲੋ ਇੱਕ ਵੇਣ ਹੋਰ ਕਰ ਲਵਾਂ। ਜ਼ਿੰਦਗੀ ਦਾ ਨਹੀਂ ਪਤਾ ਸਾਰੀਆਂ ਗੱਲਾਂ ਛੋੜੀਆਂ ਨਹੀਂ ਪੜਦਾ ਨਾਨੇ ਦੀ ਕਬਰ ਤੇ ਕਿਵੇਂ ਆਈਆਂ ਨਹੀਂ ਪੜਦਾ ਮਾਜ਼ਹਾਰਾ ਨਾਲ ਗੱਲਾਂ ਕਿਹੜੀਆਂ ਕਿਹੜੀਆਂ ਕੀਤੀਆਂ ਨੇ। ਔਖੇ ਤੇ ਭਾਵੇਂ ਸੌਖੇ ਬਸ਼ੀਰ ਪਹਿਲਾ ਚੱਕਰ ਲਾਇਆ ਐਲਾਨ ਕਰਕੇ ਵਧਾ ਦੇ ਮਦੀਨੇ ਵਾਲਿਓ ਦਰਵਾਜ਼ੇ ਬੰਦ ਕਰੋ ਜ਼ੈਨਬ ਉਜੜ ਕੇ ਵੱਲ ਆਈਏ ਅੱਲਾ ਦਰਜਾਤ ਬੁਲੰਦ ਕਰੇ ਬਾਬਾ ਰਿਆਦ ਸ਼ਰਤ ਵਾਲਾ ਇੱਕ ਜੁਮਲਾ ਪੜਦਾ ਰਹਿੰਦਾ ਈ ਚੌਥੀ ਗੱਲੀ ਦਾ ਮੋੜ ਪਿਆ ਵਲੈਂਦਾ ਈ ਚੰਦ ਬੱਚੀਆਂ ਹੱਥ ਬਣ ਗਿਆ ਦਿਨ ਐਲਾਨ ਜੋ ਵਧਾ ਕਰਦੇ ਜ਼ੈਨਬ ਉਜੜ ਕੇ ਵੱਲੀਏ ਅੱਲਾ ਦੇ ਨਾਂ ਤੇ ਡਸਾ ਸਕੀਨਾ ਵੱਲੀਏ ਕੋਈ ਨਾ ਬਸ਼ੀਰਾ ਦੇ ਨਾ ਰੁਆ ਸ਼ਾਮ ਸਮ ਗਈਏ ਉਹ ਤਾਂ ਪਿਓ ਦੇ ਕਾਤਲਾਂ ਨੂੰ ਆਦੀ ਰਹਿ ਗਈਏ ਨਾ ਮਾਰੋ ਹੋ ਮੈਂ ਸਦਕੇ ਜਾਵਾਂ ਉਹ ਤੇਰੀਆਂ ਧੀਆਂ ਦੇ ਪਰਦੇ ਹੋਵੇ ਨੀ ਯਾਰ ਸ਼ਾਲਾ ਭਲਾ ਹੋਵੇ ਸ਼ਾਲਾ ਭਲਾ ਹੋਵੀ। ਗਾਜ਼ੀ ਦੇ ਪੁੱਤਰ ਦੌੜੇ ਤੇ ਘਾਰੇ ਚ ਦਾਦੀ ਕੋਈ ਮੁਸਾਫਿਰ ਅੱਬਾਸ ਦਾ ਬੇਟਾ ਪਿਆ ਦੇ ਦਾਦੀ ਉਮਲ ਦਾਦੀ ਕੋਈ ਮੁਸਾਫਿਰ ਐਲਾਨ ਵਧਾ ਕਰਦੇ ਫੁੱਫੀ ਜ਼ੈਨਬ ਉਜੜ ਕੇ ਵੱਲ ਬੀਬੀ ਆਦੀ ਆਓ ਸਾਹਮਣੇ ਧੁੱਪ ਤੇ ਅਕਬਰ ਦੀ ਭੈਣ ਸੁੱਤੀ ਪਈ ਏ ਪਹਿਲੇ ਵੱਜ ਕੇ ਬਿਮਾਰ ਨੂੰ ਇਤਲਾ ਦੇ ਆ ਕੋਲਾ ਕਹਿ ਦੇ ਜਾਗ ਅਕਬਰ ਫਿਰਾ ਵੱਲ ਚਾਚਾ ਮੈਨੂੰ ਕੁਰਾਨ ਦੀ ਕਸਮ ਇਹ ਕਿਤਾਬ ਵਿੱਚ ਪੜੇ ਅਕਬਰ ਦਾ ਨਾਮ ਅਕਬਰ ਦੀ ਭੈਣ ਉੱਠੀ ਦੀ
ਜ਼ਿੰਦਗੀ ਆਈ ਹੈ। ਇਹ ਜੁਮਲਾ ਪਰਦੇ 'ਚ ਬੈਠੀਆਂ ਮਾਵਾਂ ਤੇ ਭੈਣਾਂ ਤੇ ਧੀਆਂ ਦੇ ਸਿਦਾ ਅਕਬਰ ਦੀ ਭੈਣ ਉੱਠੀ ਦੀ ਲੱਗੀ ਆਈ ਹੈ। ਮੁੱਦਾ ਦੇ ਬੰਦ ਦਰਵਾਜ਼ੇ ਖੋਲੇ ਦਾ ਅਕਬਰ ਦੀ ਭੈਣ ਚਾਚੇ ਕ ਪਲੰਗ ਲਾਏ, ਦੋ ਕੁਰਸੀਆਂ ਰੱਖੀਆਂ ਦਾ ਹੱਕਲ ਮਾਰ ਗਿਆ ਦੀ ਦਾਦੀ ਜੇ ਪਰਨਾਈ ਆਉਂਦਾ ਹੋਇਆ ਪਲੰਗ ਤੇ ਮੈਂ ਫਰਜਾਈ ਨੂੰ ਬਲੇ ਸਾਂ, ਇਸ ਕੁਰਸੀ ਤੇ ਮੇਰਾ ਚਾਚਾ ਗਾਦੀ ਬਾਸੀ, ਇਸ ਕੁਰਸੀ ਤੇ ਮੇਰਾ ਅਕਬਰ ਫਿਰਾ ਬਾਸੀ, ਦਾਦੀ ਤੇਰੀ ਕਸਮ ਫਰਜਾਈ ਨਾਲ ਬੋਲੇ ਸਾਂ ਅਕਬਰ ਨਾਲ ਨਾ ਬੋਲੇ ਸਾਂ, ਮੈਨੂੰ ਫਰਜਾਈ ਆਖਸੀ ਫਿਰਾ ਨਾਲ ਕਿਉਂ ਨਹੀਂ ਬੋਲੇ ਦੀ, ਆਖਸਾਂ ਪੁੱਛਦਾ ਦੇ ਮੇਰਾ ਕਿਹੜਾ ਕਸੂਰਾ, ਹੱਥ ਨਹੀਂ ਆਉਂਦਾ ਸੀਨੇ ਤਾਂ ਯਾਰ। ਜਿਹੜੇ ਹਲਕੇ ਦੇ ਮਾਤਮੀ ਹੋ, ਜਿਹੜੇ ਹਲਕੇ 'ਚ ਮਾਤਮ ਕਰਦੇ ਹੋ, ਤੁਹਾਡੀ ਭੈਣਾਂ ਦੇ ਪਰਦੇ ਹੋ ਨਹੀਂ, ਭੈਣਾਂ ਦੇ ਪਰਦੇ ਹੋ ਨਹੀਂ, ਹੋਰ ਨੇੜੇ ਆ ਗਿਆ ਚਾਚਾ, ਸਾਰੀਆਂ ਗੱਲਾਂ ਛੋੜੀਆਂ, ਕਮਰ ਔਖੇ ਤੇ ਭਾਵੇਂ ਸੌਖੇ, ਅਲੀ ਦੀਆਂ ਧੀਆਂ ਪੇਕੇ ਘਰ ਆਈਆਂ, ਗੱਲ ਤਾਂ ਇਹ ਆਈ। ਤੀਰੂ ਉਹ ਜਿਹੜਾ ਕਮਾਣ ਚੋਂ ਨਿਕਲ ਗਿਆ, ਮੈਂ ਆਖਿਆ ਆਪਣੇ ਘਰ ਨਹੀਂ, ਔਖੇ ਤੇ ਭਾਵੇਂ ਸੌਖੇ, ਜ਼ਹਰਾ ਦੀਆਂ ਧੀਆਂ ਪੇਕੇ ਘਰ ਆਈਆਂ। ਅੱਲਾ ਦਰਜਾਤ ਬੁਲੰਦ ਕਰੇ ਮੇਰੇ ਬਜ਼ੁਰਗਾਂ ਦੇ ਵਾਦਿਆਂ, ਸ਼ੀਓ ਦੁਆ ਮੰਗੀ ਕਰੋ, ਜਦਾਂ ਧੀ ਪੇਕੇ ਆਵੇ ਸ਼ਾਲਾ ਪੇਕੇ ਵਸਦੇ ਹੋ ਮੇਰੇ, ਜ਼ਹਰਾ ਦੀਆਂ ਧੀਆਂ ਪੇਕੇ ਘਰ ਆਈਆਂ, 40 ਦਰਵਾਜ਼ਾ ਬੰਦ ਆਈ, ਅੱਲਾ ਦੀ ਕਸਮ ਨਾ ਹਸਨ ਦੇ ਦਰਵਾਜ਼ੇ ਤੇ ਗਈਆਂ, ਨਾ ਹੁਸੈਨ ਦੇ ਦਰਵਾਜ਼ੇ ਤੇ ਗਈਆਂ, ਨਾ ਹਨਫੀਆ ਦੇ ਦਰਵਾਜ਼ੇ ਤੇ ਗਈਆਂ, ਮਿੰਬਰ ਦੀ ਕਸਮ ਗਾਜ਼ੀ ਦੇ ਕੁੰਡੇ 'ਚ ਜ਼ੈਨਬ ਹੱਥ ਪਾਏ ਵਾਦਾ ਕਲ ਮਾਰ ਗਿਆ ਦੀ ਆਬਾਸ ਭੈਣ ਜਾ ਜੀਂਦੀ ਆਈ। ਮਾਤਮ ਸੋਹਣਾ ਲੱਗਦਾ ਯਾਰ, ਮਾਤਮ ਭਲਾ ਹੋਵੀ ਭਲਾ ਹੋਵੀ ਭਲਾ ਹੋਵੀ, ਜੀ ਜੀ ਜਵਾਨੀ ਰਾਜਮਾਣੇ, ਜੀ ਜਵਾਨੀ ਰਾਜਮਾਣੇ, ਆਦੀ ਆਬਾਸ ਭੈਣ ਜਾ ਜੀਂਦੀ ਆਈ। ਮਿੰਬਰ ਦੀ ਕਸਮ ਜਿਲੇ ਮੁਹੱਲੇ 'ਚ ਪਤਾ ਲੱਗੇ ਨਾ, ਜ਼ਹਰਾ ਦੀਆਂ ਧੀਆਂ ਉੱਜੜ ਕੇ ਵਲੀਆਂ, ਦੋ ਧੀਆਂ ਮਾਂ ਦੇ ਕੋਲ ਆਈਆਂ, ਮਾਂ ਸਾਡਾ ਸਲਾਮ, ਆਲੀਆ ਧੀਆਂ ਨੂੰ ਨਹੀਂ ਬੁਲਾਇਆ, ਵਾਪਸ ਆਈਆਂ, ਪਿਓ ਨੂੰ ਆਦੀਆਂ, ਬਾਬਾ ਸਾਡਾ ਸਫਾਰਸ਼ੀ ਬਣ, ਬਾਬਾ ਅੰਮਾ ਨਾ ਮਿਲਦੀ ਹੈ ਨਾ ਪਿਆਰ ਕਰੇਂਦੀ, ਅਬਦੁੱਲਾ ਸੋਟੀ ਦੀ ਟੇਕ ਤੇ ਉੱਥੇ ਆਏ ਜਿੱਥੇ ਸਜਾਦ ਰਾਤ ਬੈਠਾ ਰੋਂਦਾ, ਅਬਦੁੱਲਾ ਦੀ ਆਵਾਜ਼ ਪਈ ਆਉਂਦੀ ਹੈ, ਸਜਾਦ ਮਾਂ ਨੂੰ ਆਖ ਘਰ ਆਵੇ, ਮੇਰੀਆਂ ਧੀਆਂ ਸਿੱਖਦੀਆਂ ਵਧੀਆਂ ਨੇ, ਕਿਹੜਾ ਬੰਦਾ ਜਿਹੜਾ ਹੁਣ ਮਾਤਮ ਨਹੀਂ ਕਰੇਂਦਾ, ਅਬਦੁੱਲਾ ਦੀ ਗੱਲ ਮੁੱਕੀ ਹੈ, ਸਜਾਦ ਵੈਣ ਆਇਆ ਹਾਏ ਗਰੀਬੀ, 7 ਸਾਲਾਂ ਦੀ ਭੈਣ ਗੱਲ ਬਾਵਾਂ ਪਾ ਕੇ ਆਦੀ ਹੈ, ਸਜਾਦ ਕਿਹੜੀ ਗੁਰਬਤ ਯਾਦ ਆਈ ਹੈ, ਸਯਦਾ ਦੇ ਰਸਮੇ ਜ਼ਮਾਨੇ, ਜਦਾਂ ਧੀਆਂ ਪੇਕਿਓ ਸਾਹਰੇ ਘਰ ਵੰਜੇ ਨਾ, ਹਮੇਸ਼ਾ ਧੀਆਂ ਨੂੰ ਪਿਓ ਟੁਰੇਂਦੇ ਨੇ, ਪਿਓ ਨਾ ਮੇਰੇ ਸ਼ਾਹ ਜੀ ਵੱਤ ਬਤਰੀਏ ਟੁਰੇਂਦੇ ਨੇ, ਸਜਾਦਾ ਦੇ 2 ਸਾਲਾਂ ਬਾਅਦ ਫੁੱਫੀ ਘਰ ਪਈ ਵੈਂਦੀ ਹੈ, ਮੈਨੂੰ ਸ਼ਾਮ ਖਾ ਗਈ ਹੈ, ਉਹ ਜਵਾਨੋ ਅਕਬਰ ਦੀ ਭੈਣ ਅੰਦਰ ਆਈ ਹੈ, ਦੁਰਾਂ ਦਾ ਜੋੜਾ ਚਾਇਆ ਹੱਕਲ ਮਾਰ ਕੇ ਆਦੀ ਹੈ, ਰਾਤ ਨਾ ਰੋ ਮੈਂ ਅਕਬਰ ਦੀ ਸ਼ਾਦੀ ਵਾਸਤੇ ਸਾਂਭੀ ਵਧੀਆਂ, ਸਦਕੇ ਸਦਕੇ ਜਾਵਾਂ ਬਾਈ, ਕਰਬਲਾ ਬਣਾ ਦਿੱਤੀ ਨੇ, ਭਲਾ ਹੋਵੇ ਸ਼ਾਲਾ, ਆਖਰੀ ਵਹਿਣ ਹੁਸੈਨ ਦੇ ਨਾਂ ਤੇ, ਅੱਲਾ ਦੇ ਨਾਂ ਤੇ, ਚਾਚਾ ਮੈਂ ਹੱਥ ਬੱਧੀ ਖੜਾ ਅੱਲਾ ਦੇ ਨਾਂ ਤੇ, ਹੱਥ ਨਾ ਬੰਨ ਹੁਸੈਨ ਦੇ ਨਾਂ ਤੇ, ਹੱਥ ਨਾ ਬੰਨ, ਮੈਂ ਤੇਰੀ ਮਿੰਨਤ ਕਰੇ ਨਾ, ਕਦੀ ਕਿਸੇ ਜ਼ਾਕਿਰ ਦੇ ਸਾਹਮਣੇ ਹੱਥ ਨਾ ਬੱਧੇ ਕਰੋ, ਤੁਸੀਂ ਹੱਥ ਬੰਨਿਓ ਸਾਨੂੰ ਉਹ ਵੇਲਾ ਯਾਦ ਆਉਂਦਾ ਜਦੋਂ ਹੁਸੈਨ ਦੀ 4 ਸਾਲਾਂ ਦੀ ਸ਼ਿਮਰ ਦੇ
ਸਾਹਮਣੇ ਹੱਥ ਬਨ ਕੇ ਆ ਦੀਏ ਨਾ ਮਾਰ ਮੇਰਾ ਗਰੀਬ ਬਾਬਾ। ਅਬਦੁੱਲਾ ਦੀ ਗੱਲ ਮੁੱਕੀਏ, ਸਜਾਦ ਦਾ ਵਹਿਣ ਮੁੱਕੇ, ਆਲੀਆ ਸਾਹਮਣੇ ਬੈਠੀ ਆਈ, ਦੋਹਾਂ ਤੋਂ ਮੱਥੇ ਤਰਾ ਕੇ ਆ ਦੀਏ ਚਾਚੇ ਜਾਇਆ ਜ਼ੈਨਬ ਦਾ ਸਲਾਮ। ਅਬਦੁੱਲਾ ਦੀ ਕਿਸਣੀਆਂ ਤੇ ਨਿਗਾਹ ਪਈਏ ਤਾਂ ਜ਼ਖਮਾਂ ਦੇ ਨਿਸ਼ਾਨ ਨਜ਼ਰ ਆਇਆ। ਅਬਦੁੱਲਾ ਜ਼ਮੀਨ ਤੇ ਝੜ ਕੇ ਆ ਦੇਣ ਜੇ ਜ਼ੈਨਬੇ ਜ਼ਖਮਾਂ ਦੇ ਨਿਸ਼ਾਨ ਕਿਸੇ ਨਹੀਂ। ਰੋਂਦੀਏ ਤੇ ਰੋ ਰੋ ਕੇ ਆ ਦੀਏ ਇਹਨ ਆਸਾਰ ਅਸੀਰੀ ਦੇ ਤੇ ਇੱਕ ਸਾ